ਐਦਕੀ ਜਿਹੜੀ ਹੁਣ ਸਰਕਾਰ ਬਣਨ ਜਾ ਰਹੀ ਹੈ ਇੱਕ ਘੋੜੇ ਦਾ ਸ਼ਾਹ ਸਵਾਰ ਜਿਹੜਾ ਹੈਗਾ ਕੌਣ ਬਣਿਆ ਇੱਕ ਸਟੇਜ ਤੇ ਤੁਸੀਂ ਕੈਪਟਨ ਅਮਰਿੰਦਰ ਨੂੰ ਬਦਲਿਆ ਉਹਦੇ ਬਦਲ ਨਾਲ ਜੋ ਮੰਤਰੀ ਮੰਡਲ ਚ ਤਬਦੀਲੀ ਹੋਣੀ ਚਾਹੀਦੀ ਸੀ ਉੱਥੇ ਆ ਕੇ ਦੁਬਦਾ ਪੈ ਗਈ ਇੱਕੋ ਦਮ ਸਾਰਿਆਂ ਦੇ ਮਹਿਕਮੇ ਬਦਲ ਦਿੰਦੇ ਨਵੇਂ ਮਹਿਕਮਿਆਂ 'ਚ ਉਹਨਾਂ ਨੂੰ ਜਾ ਕੇ ਕੁਛ ਨਵਾਂ ਕਰਨਾ ਪੈਣਾ ਸੀ ਪੁਰਾਣੇ ਮਹਿਕਮੇ ਰੱਖਣ ਨਾਲ ਜਿਹੜਾ ਉਹਨਾਂ ਨੇ ਸਿਸਟਮ ਸੈੱਟ ਕੀਤਾ ਹੋਇਆ ਸੀ ਠੀਕ ਗਲਤ ਚੋਰ ਲੁੱਟ ਉਹਨੂੰ ਜੋ ਮਰਜ਼ੀ ਕਹਿ ਦਿਓ ਉਹ ਕੰਟੀਨਿਊ ਕਰ ਗਿਆ ਰਾਹੁਲ ਗਾਂਧੀ ਜੋ ਜਲੰਧਰ ਬੋਲਿਆ ਲੋਕ ਕਹਿਣ ਲੱਗੇ ਵੀ ਸਿੱਧੂ ਸਾਫ ਆ ਮੁੱਖ ਮੰਤਰੀ ਜਦੋਂ ਨਵਜੋਤ ਸਿੰਘ ਸਿੱਧੂ ਦੇ ਏਜੰਡਾ ਉਚਾਰਿਆ ਤੇ ਇਹ ਕਿਹਾ ਪੰਜਾਬ ਨੂੰ ਐਵੂਲੇਸ਼ਨ ਦੀ ਲੋੜ ਨਹੀਂ ਰੈਵੂਲੇਸ਼ਨ ਦੀ ਲੋੜ ਆ ਤੇ ਮੁੜ ਕੇ ਜਿਹੜਾ ਇੱਕ ਦਲਿਤ ਕਾਰਡ ਖੇਡਿਆ ਸੀ ਉਹਨੇ ਉਹਨਾਂ ਸੋਚ ਕੇ ਨਹੀਂ ਖੇਡਿਆ ਸੀ ਜਿਵੇਂ ਫਿਰ ਉਹਨੂੰ ਬਣਾ ਤਾ ਤੀਜੀ ਸੱਟ ਕਿੱਥੇ ਲੱਗੀ ਇਹ ਐਲਾਨਣ ਤੋਂ ਬਾਅਦ ਸਿੱਧੂ ਦੇ ਖਿਲਾਫ ਇਕੱਠੀਆਂ ਹੋ ਗਈਆਂ ਫੌਜਾਂ ਜਿੰਨਾ ਮਾਫੀਆ ਸਾਰੀਆਂ ਪਾਰਟੀਆਂ ਦਾ ਤੇ ਕਾਂਗਰਸ 'ਚ ਆਪਾ ਧੱਪੀ ਪੈ ਗਈ ਦੇਖੋ ਕੇਜਰੀਵਾਲ ਕਿੱਥੇ ਕਹਿੰਦਾ ਸੀ ਸਿਆਸਤ ਕਰਨੀ ਆ ਬਦਲਾਂ ਆ ਹੈ ਜੀ ਮੁੜ ਕੇ ਹੋਰਾਂ ਗੱਲਾਂ 'ਤੇ ਆ ਗਏ ਹੁਣ ਸਾਰੀਆਂ ਗੱਲਾਂ ਹੀ ਛੱਡ ਗਿਆ ਗਰੰਟੀ ਅਗਲੇ ਕਹਿੰਦੇ ਕਿਵੇਂ ਗਰੰਟੀ ਪੂਰੀ ਹੈ ਮੇਰੇ 'ਤੇ ਛੱਡੋ ਨਵਜੋਤ ਸਿੰਘ ਸਿੱਧੂ ਵੱਲੋਂ ਰਾਹੁਲ ਦੀ ਹਾਜ਼ਰੀ 'ਚ ਇਹ ਕਹਿਣਾ ਵੀ ਰਾਹੁਲ ਜੀ ਇਹ ਐਲਾਨ ਕਰ ਦਿਓ ਵੀ ਕਿਸੇ MLA ਦੇ ਮੁੰਡੇ ਨੂੰ ਕੋਈ ਚੇਅਰਮੈਨ ਨਹੀਂ ਮਿਲੂ ਵਰਕਰਾਂ ਨੂੰ ਮਿਲੂ ਪਰਿਵਾਰਵਾਦ ਹਾਂ ਇਹ ਛੋਟੀ ਗੱਲ ਥੋੜ੍ਹਾ ਸੀ ਸਿੱਧੂ ਦੀ ਕਮਜ਼ੋਰੀ ਇਹ ਰਹੀ ਇਹ ਏਜੰਡੇ ਦੇ ਨਾਲ ਨਾਲ ਚਿਹਰੇ ਦੀ ਸਿਆਸਤ ਉਭਾਰਦਾ ਦੇਖੋ MLA ਤੁਸੀਂ ਚੁਣਨੇ ਆ MLA ਨੇ ਆਪਣਾ ਮੁੱਖ ਮੰਤਰੀ ਚੁਣਨਾ ਤੁਸੀਂ ਪਹਿਲੀ MLA ਤੋਂ ਹੱਕ ਕਿਉਂਕਿ ਹਾਈ ਕਮਾਂਡ ਨੂੰ ਦੇਤਾ ਹਾਈ ਕਮਾਂਡ ਐਲਾਨ ਕਰਦੀ ਹੈ ਵੀ ਮੁੱਖ ਮੰਤਰੀ ਦਾ ਚਿਹਰਾ ਕੌਣ ਹੋ ਇਹ ਤਾਂ ਪਾਰਟੀ ਅੰਦਰੂਨੀ ਜਮਹੂਰੀਅਤ ਆ ਜਿਹੜੀ ਉਹਨੂੰ ਖਤਮ ਕਰਨ ਵਾਲੀ ਗੱਲ ਆ ਇਹਦੇ ਨਾਲ ਫਿਰ ਮੁੱਦਿਆਂ ਤੋਂ ਸਿਆਸਤ ਤਿਲਕਦੀ ਆ ਫਿਰ ਬੰਦੇ ਦਾ ਬੰਦਾ ਤੇ ਬੰਦੇ ਦਾ ਵਿਰੋਧੀ ਵਾਲੀ ਸੁਰਾ ਜਿਹੜੀ ਉਭਾਰੂ ਹੋ ਜਾਂਦੀ ਜਿਹਦਾ ਲਾਹਾ ਲੈ ਸਿੱਧੂ ਦਾ ਬੜਬੋਲਾ ਹੋਣਾ ਉਹਦੇ ਲਈ ਬਹੁਤ ਵੱਡਾ ਲਾਸ ਨਹੀਂ ਹੈਗਾ ਪੱਤਰਕਾਰ ਨੂੰ ਕੋਈ ਹੱਕ ਨਹੀਂ ਕਿ ਕਿਸੇ ਨੂੰ ਮਜਬੂਰ ਕਰ ਸਕੇ ਵੀ ਤੂੰ ਇਹਦਾ ਜਵਾਬ ਦੇ ਜਿੰਨਾ ਵੱਡਾ ਚੈਲੰਜ ਰਹੇਗੀ ਇਹ ਰਵਾਇਤੀ ਪਾਰਟੀਆਂ ਲਈ ਆਮ ਆਦਮੀ ਪਾਰਟੀ ਕੀ ਲੱਗਦਾ ਤੁਸੀਂ ਇੱਕ ਪਿੰਡ 'ਚ 10 ਬੰਦੇ ਬੈਠੇ ਨੇ 3 ਅਕਾਲੀ ਨੇ 3 ਕਾਂਗਰਸੀ ਨੇ ਇੱਕ ਅੱਧਾ ਹੋਰ 2 ਆਮ ਆਦਮੀ ਪਾਰਟੀ ਨੇ ਤੁਸੀਂ ਜਾ ਕੇ ਕਰੋ ਗੱਲ ਹਾਂ ਭਾਈ ਦੱਸੋ ਐਤਕੀ ਕੀ ਬਣਾ ਝਾੜੂ ਚੱਲ ਗਿਆ ਬਾਈ ਜੀ ਉਹ ਦੂਜੇ ਚੁੱਪ ਕਰ ਰਹਿੰਦੇ ਨੇ ਵੀ ਆਪਾਂ ਕਾਹਨੂੰ ਇਹਨਾਂ ਨਾਲ ਲੜਨਾ ਬਾਈ ਜੀ ਐਤਕੀ ਤਾਂ ਝਾੜੂ ਹੋ ਰਹੀ ਉਹ ਬੋਲਦੇ ਬਹੁਤ ਹੁਣ ਜਾ ਕੇ ਭਾਜਪਾ ਹੀ ਬੜੇ ਜ਼ੋਰ ਸ਼ੋਰ ਨਾਲ ਦਾਵਾ ਕਰ ਰਹੇ ਨੇ ਕਿ ਅਸੀਂ ਕਿੰਗ ਮੇਕਰ ਹੋਵਾਂਗੇ ਕਿਉਂਕਿ ਹੰਗ ਅਸੈਂਬਲੀ ਚਾਹੁੰਦੇ ਨੇ ਲਟਕਵੀਂ ਵਿਧਾਨ ਸਭਾ ਨਹੀਂ ਇਹ ਵੀ ਆਪਾਂ ਜੇ ਬੰਦੀ ਸਿੱਖ ਖਾਸ ਕਰ ਸਿੱਖ ਕੈਦੀਆਂ ਦੀ ਰਹਿਦੀ ਕਰ ਲਈਏ ਪੰਥਕ ਜਥੇਬੰਦੀਆਂ ਦਾ ਮੁੱਦਾ ਚੁੱਕ ਰਹੀਆਂ ਓਵਰਆਲ ਜੇ ਰਾਜਨੀਤਿਕ ਪਾਰਟੀਆਂ ਚੁੱਕਦੀਆਂ ਤਾਂ ਸਿਰਫ ਪ੍ਰੋਫੈਸਰ ਭੁੱਲਰ ਦਾ ਹੀ ਚੁੱਕਦੀਆਂ ਉਹ ਕਿਉਂਕਿ ਇਸ ਕਰਕੇ ਆ ਵੀ ਆਪ ਉੱਚ ਫਸਦੀ ਆ ਕਸੂਤੀ ਭਗਵੰਤ ਮਾਨ ਕਿੰਨਾ ਲੱਗਦਾ ਦੇ ਬਰਾਬਰ ਦਾ ਨਹੀਂ ਭਗਵੰਤ ਮਾਨ ਦੇ ਅੱਪ ਦੇ ਗੁਣ ਸਭਾ ਦੇ ਵਿੱਚ ਵੀ ਉਹਨੇ ਮੋਦੀ ਨੂੰ ਨੰਗਾ ਕੀਤਾ ਮਤਲਬ ਉਹਨੇ ਉਹਦੀ ਖੱਲ ਉਧੇੜਤੀ ਐਕਸਪੋਜ਼ਰ ਕੀਤਾ ਉਹਦਾ ਬਹੁਤ ਵੱਡਾ ਪਰ ਲੋਕ ਸਭਾ ਦੇ ਸਿਆਸੀ ਲੜਾਈ ਨਹੀਂ ਉਹਨੇ ਲੜੀ ਜੇ ਤੁਸੀਂ ਕਾਨੂੰਨਾਂ 'ਤੇ ਦੇਖੋ ਜਾਂ ਗਾਂਧੀ ਬੋਲਿਆ ਜਾਂ ਇਹ ਉੱਥੇ ਹੈਗਾ ਕਾਨੂੰਨਾਂ 'ਤੇ ਬੋਲਦਾ ਨਹੀਂ ਰਿਹਾ ਪੋਲੀਟੀਕਲ ਲੜਾਈ ਹੋਰ ਗੱਲ ਇਸੇ ਕਰਕੇ ਕਿਸਾਨ ਅੰਦੋਲਨ 'ਤੇ ਚਿਹੜੇ ਐਡੀ ਵੱਡੀ ਕਿਉਂ ਆ ਕਿਉਂਕਿ ਉਹਨਾਂ ਹਿੰਦੂ ਮੁਸਲਿਮ ਕਾਰਡ ਰੋਕਤਾ ਇਹ ਅੰਦੋਲਨ ਜਿਹੜਾ ਪੰਜਾਬ ਅਤੇ ਹਰਿਆਣੇ ਦਾ ਟਕਰਾਅ ਸੀ ਉਹਦੀ ਥਾਂ ਭਾਈਚਾਰਾ ਆ ਗਿਆ ਇਸੇ ਕਰਕੇ ਪੰਜਾਬ ਅਤੇ ਹਰਿਆਣੇ ਨੂੰ ਭਾਖੜਾ 'ਚ ਸਜ਼ਾ ਦਿੱਤੀ ਹੈ ਨਾ ਫਿਰ ਇਕੱਲਾ ਇਹ ਨਹੀਂ ਉੱਤਰਾਖੰਡ 'ਚ ਜਿਹੜਾ ਟਿਹਰੀ ਡੈਮ ਆ ਉਹ ਤੋਂ ਵੀ ਕੰਟਰੋਲ ਕਰ ਲਿਆ ਤੁਸੀਂ ਜਿੰਨੇ ਡੈਮ ਨੇ ਜਿਹੜਾ ਨਵਾਂ ਡੈਮਾਂ ਬਾਰੇ ਕਾਨੂੰਨ ਆਇਆ ਰਾਜਾਂ ਦੇ ਸਾਰੇ ਡੈਮਾਂ 'ਤੇ ਕੇਂਦਰ ਦਾ ਕੰਟਰੋਲ ਹੋ ਗਿਆ ਇਸ ਕਰਕੇ ਇਕੱਲੇ ਭਾਖੜਾ ਦੀ ਲੜਾਈ ਨਹੀਂ ਇਹ ਲੜਾਈ ਵੱਡੀ ਬਣ ਸਕਦੀ ਆ ਜੇ ਕਿਸਾਨ ਲੀਡਰਸ਼ਿਪ ਇਹਨੂੰ ਆਪਣੇ ਵੱਡੇ ਵਿਆਪਕ ਮੁੱਦੇ 'ਚ ਸ਼ਾਮਲ ਕਰੇ ਸਤਿ ਸ਼੍ਰੀ ਅਕਾਲ ਸਕਰੋਲ ਪੰਜਾਬ ਦੇ ਕੇ ਦਰਸ਼ਕਾਂ ਦਾ ਸਵਾਗਤ ਹੈ ਸੋ ਸਭ ਜਾਣਦੇ ਨੇ ਕਿ 3 ਦਿਨ ਬਚੇ ਨੇ 10 ਤਰੀਕ ਨੂੰ 10 ਮਾਰਚ ਨੂੰ ਜਦੋਂ ਆਪਣਾ ਚੋਣਾਂ ਦੇ ਨਤੀਜੇ ਆ ਜਾਣਗੇ ਕਾਊਂਟਿੰਗ ਦਾ ਕਾਊਂਟਡਾਊਨ ਜਿਹੜਾ ਸ਼ੁਰੂ ਹੋ ਚੁੱਕਿਆ ਅਤੇ ਸ਼ਾਹ ਸਵਾਰ ਕੌਣ ਰਹੇਗਾ ਐਤਕੀ ਸੂਬੇ ਦੀ ਸਰਕਾਰ ਦਾ ਕੁਛ ਅਜਿਹੇ ਸਵਾਲ ਜਵਾਬ ਚੋਣ ਵਿਸ਼ਲੇਸ਼ਕ ਵਿਸ਼ਾ ਮਾਹਰ ਮਾਲਵਿੰਦਰ ਸਿੰਘ ਮਾਲੀ ਹੋਣਾ ਨਾਲ ਸੋ ਮਾਲੀ ਸਾਹਿਬ ਐਤਕੀ ਜਿਹੜੀ ਹੁਣ ਸਰਕਾਰ ਬਣਨ ਜਾ ਰਹੀ ਹੈ ਇਹ ਘੋੜੇ ਦਾ ਸ਼ਾਹ ਸਵਾਰ ਜਿਹੜਾ ਹੈਗਾ ਕੌਣ ਬਣੇਗਾ ਦੇਖੋ ਇਹਦਾ ਸਿੱਧਾ ਸਿੱਧਾ ਜਵਾਬ ਦੇਣਾ ਤਾਂ ਮੁਸ਼ਕਲ ਆ ਕਿਉਂਕਿ ਐਤਕੀ ਮਤਲਬ ਬੜਾ ਉਲਝਿਆ ਹੋਇਆ ਚੋਣ ਗਿਣਤ ਆ ਨਾ ਜੀ ਜਿਹੜਾ ਉਲਝਿਆ ਹੋਇਆ ਇੱਕ ਤਾਂ ਬਹੁ ਕੋਨੇ ਮੁਕਾਬਲੇ ਨੇ ਹੁਣ ਪਤਾ ਨਹੀਂ ਇੱਕ ਬੰਦਾ 1000 ਵੋਟ ਲੈਂਦਾ ਉਹ ਕਿਹਦਾ ਗਿੱਟਾ ਭੰਨਦਾ ਕਿਹਦੀ ਲੱਤ ਭੰਨਦਾ ਕਿੱਥੋਂ ਉਹ ਟੁੱਟਦੀ ਆ ਕਿਹਨੂੰ ਨਫ਼ਾ ਨੁਕਸਾਨ ਹੁੰਦਾ ਇਸ ਕਰਕੇ ਗਿਣਤ ਦੇ ਪੱਖੋਂ ਦੇਖਿਆ ਨਾ ਮਤਲਬ ਉਲਝੀ ਜਿਹੀ ਹੋਈ ਸਥਿਤੀ ਆ ਓਵਰਆਲ ਆਪਾਂ ਦੇਖੀਏ ਅੱਜ ਤੋਂ 6 ਮਹੀਨੇ ਪਹਿਲਾਂ ਕਾਂਗਰਸ ਜਿੱਤ ਰਹੀ ਸੀ ਕਿ ਇੱਕ ਵਾਰ ਕਹਿੰਦੇ ਸੀ ਬਦਲੇ ਨਹੀਂ ਉਹੀ ਹਾਕਮ ਪਾਰਟੀ ਉਹੀ ਵਿਰੋਧੀ ਧਿਰ ਆ ਬਾਕੀ ਦਾ ਤਾਂ ਕੋਈ ਰੋਲ ਹੀ ਨਹੀਂ ਪਰ ਕਾਂਗਰਸ ਨੇ ਜਿਵੇਂ ਆਪਦੇ ਪੈਰ ਕੁਹਾੜੇ ਮਾਰੇ ਜਾਂ ਜਿੰਨੀਆਂ ਆਪਾਂ ਉਹਨੂੰ ਕਹਿ ਦਈਏ ਸੈਲਫ ਗੋਲ ਕੀਤੇ ਕਿਵੇਂ ਦੇ ਕੁਹਾੜੇ ਵੱਜੇ ਇੱਕ ਸਟੇਜ 'ਤੇ ਤੁਸੀਂ ਕੈਪਟਨ ਅਮਰਿੰਦਰ ਨੂੰ ਬਦਲਿਆ ਉਹਦੇ ਬਦਲ ਨਾਲ ਜੋ ਮੰਤਰੀ ਮੰਡਲ 'ਚ ਤਬਦੀਲੀ ਆਉਣੀ ਚਾਹੀਦੀ ਸੀ ਉੱਥੇ ਆ ਕੇ ਦੁਬਦਾ ਪੈ ਗਈ ਕਿਹਨੂੰ ਰੱਖੀ ਕਹਿੰਦੇ ਤਾਂ ਇਹੀ ਸੀ ਨਾ ਅਲੀ ਬਾਬਾ 40 ਚੋਰ
ਕਿਹਨੂੰ ਰੱਖੀਏ ਕਿਹਨੂੰ ਹਟਾਈਏ ਤੇ ਲਗਭਗ ਵਿਰਤ ਨੂੰ ਉਹ ਚੋਰੇ ਰੱਖਣੇ ਪੈ ਗਏ ਨਾ ਜੀ ਉਸ ਹਾਲਤ ਦੇ ਵਿੱਚ ਨਵੇਂ ਅਫਸਰ ਲਾਏ ਉਹਨਾਂ ਤੇ ਸਵਾਲ ਖੜਾ ਹੋ ਗਿਆ ਡੀਜੀਪੀ ਦੇ ਏਜੀ ਦਾ ਤੇ ਉਸ ਹਾਲਤ ਦੇ ਵਿੱਚ ਉਹ ਲੋੜੀਂਦੀ ਤਬਦੀਲੀ ਤਾਂ ਉੱਥੇ ਨਾ ਹੋਈ ਦੂਜੀ ਮੰਨ ਲਓ ਪੁਰਾਣੇ ਵੀ ਰੱਖਣੇ ਸੀ ਜੇ ਇੱਕੋ ਦਮ ਸਾਰਿਆਂ ਦੇ ਮਹਿਕਮੇ ਬਦਲ ਦਿੰਦੇ ਨਵੇਂ ਮਹਿਕਮਿਆਂ 'ਚ ਉਹਨਾਂ ਨੂੰ ਜਾ ਕੇ ਕੁਛ ਨਵਾਂ ਕਰਨਾ ਪੈਣਾ ਸੀ ਪੁਰਾਣੇ ਮਹਿਕਮੇ ਰੱਖਣ ਨਾਲ ਜਿਹੜਾ ਉਹਨਾਂ ਨੇ ਸਿਸਟਮ ਸੈੱਟ ਕੀਤਾ ਹੋਇਆ ਸੀ ਠੀਕ ਗਲਤ ਚੋਰ ਲੁੱਟ ਉਹਨੂੰ ਜੋ ਮਰਜ਼ੀ ਕਹਿ ਦਿਓ ਉਹ ਕੰਟੀਨਿਊ ਕਰ ਗਿਆ ਇਹਦੇ ਕਰਕੇ ਜਿੱਥੇ ਜਿੱਥੇ ਨਵਾਂ ਮੰਤਰੀ ਕੋਈ ਆਇਆ ਉਹਨੇ ਕੋਈ ਨਾ ਕੋਈ ਛਾਪ ਛੱਡੀ ਜਿਵੇਂ ਰਾਜਾ ਬੜਿੰਗ ਦੀ ਆਪਾਂ ਉਦਾਹਰਨ ਲੈ ਲਈਏ ਜਾਂ ਪ੍ਰਗਟ ਸਿੰਘ ਦੀ ਉਦਾਹਰਨ ਲੈ ਲਈਏ ਨਵਿਆਂ ਨੇ ਕੀਤਾ ਕੁਛ ਜਜ਼ਬਾ ਵੀ ਹੁੰਦਾ ਪੁਰਾਣਿਆਂ ਜਿਹੜੇ ਉਹਨਾਂ ਨੂੰ ਤਾਂ ਇੱਕ ਹਿਸਾਬ ਨਾਲ ਜਿਵੇਂ ਉਹਨਾਂ ਦੇ ਰਾਹ 'ਚੋਂ ਇੱਕ ਰੋੜਾ ਹਟ ਗਿਆ ਹੁੰਦਾ ਚਿੱਕ ਵਾਲਾ ਮਤਲਬ ਜਿਹੜਾ ਅਫਸਰਾਂ ਨੂੰ ਕਹਿ ਰੋਕ ਦਿੰਦਾ ਸੀ ਹਡਲ ਸੀ ਬੈਰੀਅਰ ਸੀ ਜਿਹੜਾ ਹਾਂ ਮਤਲਬ ਖੁੱਲੀ ਖੇਡ ਨਹੀਂ ਖੇਡਣ ਦਿੰਦਾ ਸੀ ਜਿਹੜਾ ਚਾਹੇ ਉਹ ਕਹਿੰਦਾ ਤਾਂ ਇਹੀ ਆ ਵੀ ਮੈਂ ਤਾਂ ਰੋਕਿਆ ਨਹੀਂ ਕਿਸੇ ਨੂੰ ਪਰ ਤੁਸੀਂ ਅਫਸਰ ਨੇ ਜਿਹੜੇ ਉਹ ਜੇ ਅੜ ਜਾਣ ਫਿਰ ਮੰਤਰੀ ਵਾਲਾ ਕੁਛ ਨਹੀਂ ਕਰ ਸਕਦਾ ਇੱਥੇ ਆ ਕੇ ਇੱਕ ਗੜਬੜ ਹੋਈ ਦੂਜੀ ਗੱਲ ਇਹ ਹੋਈ ਜਦੋਂ ਪ੍ਰਧਾਨ ਵੀ ਐਲਾਨ ਦਿੱਤਾ ਸੀ ਸਿੱਧੂ ਨੂੰ ਉਹਦੇ ਏਜੰਡੇ ਨੂੰ ਪੀਕ 'ਤੇ ਲੈ ਗਏ ਰਾਹੁਲ ਗਾਂਧੀ ਜੋ ਜਲੰਧਰ ਬੋਲਿਆ ਲੋਕ ਕਹਿਣ ਲੱਗ ਗਏ ਵੀ ਸਿੱਧੂ ਸਾਫ਼ ਆ ਮੁੱਖ ਮੰਤਰੀ ਜਦੋਂ ਨਵਜੋਤ ਸਿੰਘ ਸਿੱਧੂ ਦੇ ਏਜੰਡਾ ਉਚਾਰਿਆ ਅਤੇ ਇਹ ਕਿਹਾ ਪੰਜਾਬ ਨੂੰ ਐਵੂਲੇਸ਼ਨ ਦੀ ਲੋੜ ਨਹੀਂ ਰੈਵੂਲੇਸ਼ਨ ਦੀ ਲੋੜ ਆ ਸਿਆਸੀ ਬੰਦੇ ਐਵੂਲੇਸ਼ਨ ਚੰਨੀ ਕੰਮ ਜੇ ਕਰ ਦਿਓ ਰੈਵੂਲੇਸ਼ਨ ਜਦੋਂ ਫਿਰ ਉਹਨੇ ਕਿਹਾ ਮਾਫੀਆ ਖਤਮ ਕਰਨ ਦੀ ਲੋੜ ਆ ਪੰਜਾਬ 'ਚ ਇਹ ਗੱਲ ਜਦੋਂ ਉਹਨੇ ਕਹੀ ਦੂਜੀ ਗੱਲ ਉਹਨੇ ਇਹ ਕਹੀ ਵੀ ਅਸੀਂ ਚਿਹਰਾ ਐਲਾਨਣਾ ਨਹੀਂ ਚਾਹੁੰਦੇ ਸੀ ਪਰ ਇਹ ਦੋਹੇ ਮੇਰੇ ਗਲ ਪਏ ਹੋਏ ਨੇ ਵੀ ਚਿਹਰਾ ਐਲਾਨੋ ਇਹ ਵੀ ਅਸੀਂ ਚਿਹਰਾ ਐਲਾਨ ਦਾਂਗੇ ਸਿਰੇ 'ਤੇ ਲਿਜਾ ਕੇ ਫਿਰ ਉਹਨਾਂ ਦੀ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਹੋਈ ਕਿਉਂਕਿ ਪਹਿਲਾਂ ਲੋਕ ਕਹਿੰਦੇ ਸੀ ਤਾਂ ਸਿੱਧੂ ਦਾ ਏਜੰਡਾ ਫਿਰ ਸਿੱਧੂ ਕਹਿਣ ਲੱਗ ਗਿਆ ਮੈਂ ਕਾਂਗਰਸ ਦਾ ਪ੍ਰਧਾਨ ਹਾਂ ਇਹ ਕਾਂਗਰਸ ਦਾ ਏਜੰਡਾ ਆਪਣੇ ਬਾਜਵਾ ਸਾਹਿਬ ਉਹਨਾਂ ਨੂੰ ਪੁੱਛਿਆ ਗਿਆ ਵੀ ਜੋ ਨਵਜੋਤ ਸਿੰਘ ਸਿੱਧੂ ਬੋਲਿਆ ਇਹ ਕਾਂਗਰਸ ਦਾ ਏਜੰਡਾ ਇਹਨਾਂ ਦਾ ਏਜੰਡਾ ਪ੍ਰਤਾਪ ਬਾਜਵਾ ਉਹ ਕਹਿੰਦੇ ਕਾਂਗਰਸ ਦਾ ਵਿਜਨ ਆ ਇਹ ਮੈਨੀਫੈਸਟੋ ਸ਼ਾਮਿਲ ਹੋਊ ਕਹਿੰਦੇ ਹੋਊ ਹੋਰ ਵੀ ਹੋਊਗਾ ਹੋ ਸਕਦਾ ਇਹ 'ਚ ਕੁਛ ਰਹਿ ਦੇ ਗੱਲ ਸਾਫ਼ ਸੀ ਵੀ ਹੁਣ ਲੜਾਈ ਕਲੀਅਰ ਆ ਮੁੱਦਿਆਂ 'ਤੇ ਏਜੰਡੇ 'ਤੇ ਲੜਾਈ ਲੜੀ ਜਾਣੀ ਆ ਅਤੇ ਮੁੜ ਕੇ ਜਿਹੜਾ ਇੱਕ ਦਲਿਤ ਕਾਰਡ ਖੇਡਿਆ ਸੀ ਉਹਨੇ ਉਹਨਾਂ ਸੋਚ ਕੇ ਨਹੀਂ ਖੇਡਿਆ ਸੀ ਜਿਵੇਂ ਫਿਰ ਉਹਨੂੰ ਬਣਾ ਤਾ ਦਲਿਤ ਕਾਰਡ ਨੂੰ ਕਿਉਂਕਿ ਪੰਜਾਬ ਨੂੰ ਜਦੋਂ ਆਪਾਂ ਕਹਿੰਦੇ ਬਦਲਾਅ ਦੀ ਸਿਆਸਤ ਦੀ ਲੋੜ ਆ ਮੁੱਦਿਆਂ ਦੀ ਸਿਆਸਤ ਦੀ ਲੋੜ ਆ ਫਿਰ ਪੰਜਾਬ ਨੂੰ ਏਜੰਡਿਆਂ ਦੀ ਸਿਆਸਤ ਦੀ ਲੋੜ ਆ ਕਿੱਡਾ ਕਮਾਲੀ ਸਾਹਿਬ ਇੰਪੋਰਟੈਂਟ ਲੱਗਦਾ ਦਲਿਤ ਫੈਕਟਰ ਪੰਜਾਬ 'ਚ ਤੁਹਾਨੂੰ ਮੈਨੂੰ ਬੜਾ ਵੱਡਾ ਫੈਕਟਰ ਨਹੀਂ ਲੱਗਦਾ ਜੋ ਇਹਨਾਂ ਨੇ ਸੋਚ ਕੇ ਕੀਤਾ ਕਾਂਗਰਸ ਦਾ ਭੁਨਾਇਆ ਇਸੇ ਚੀਜ਼ ਨੂੰ ਹੈ ਨਹੀਂ ਮੈਨੂੰ ਲੱਗਦਾ ਐ ਨਹੀਂ ਮੈਂ ਕਹਿੰਦਾ ਵੀ ਇਹ ਫੈਕਟਰ ਦਾ ਅਸਰ ਨਹੀਂ ਹੋਊ ਪਰ ਜਿਵੇਂ ਇਹ ਸੋਚਦੇ ਸੀ ਉੱਡਾ ਅਸਰ ਨਹੀਂ ਹੋ ਸਕਦਾ ਪ੍ਰਤੀਸ਼ਤਤਾ ਘੱਟ ਹੈ ਮਤਲਬ ਦਾ ਫੀਸਦ ਘੱਟ ਹੈ ਬੜਾ ਅੱਡ ਅੱਡ ਇਲਾਕਿਆਂ 'ਚ ਅੱਡ ਅੱਡ ਤਰ੍ਹਾਂ ਦੀ ਗੱਲ ਆ ਕਿਉਂਕਿ ਪੰਜਾਬ ਨੂੰ ਪੰਜਾਬ ਦੇ ਏਜੰਡੇ ਦੀ ਲੋੜ ਸੀ ਬਦਲਾਅ ਤਾਂ ਏਜੰਡੇ ਨਾਲ ਆਉਣਾ ਨਾ ਜੀ ਉਹ ਬਦਲਾਅ ਨੂੰ ਸਿੱਧੂ ਰੀਪ੍ਰੈਜੈਂਟ ਕਰਦਾ ਸੀ ਜਦੋਂ ਮੁੱਖ ਮੰਤਰੀ ਦਾ ਚਿਹਰਾ ਲਾਉਂਦੇ ਉੱਥੇ ਫਿਰ ਦੁਬਦਾ ਹੁਕਮ ਸਿੱਧੂ ਸਾਹਿਬ ਦਾ ਏਜੰਡਾ ਸਿੱਧੂ ਸਾਹਿਬ ਵਾਲਾ ਮੁੱਖ ਮੰਤਰੀ ਦਾ ਚਿਹਰਾ ਚੰਨੀ ਉੱਥੇ ਆ ਕੇ ਫਿਰ ਇੱਕ ਬੈਕਡੋਰ ਲੱਗੀ ਤੀਜੀ ਸੱਟ ਕਿੱਥੇ ਲੱਗੀ ਇਹ ਐਲਾਨਣ ਤੋਂ ਬਾਅਦ ਸਿੱਧੂ ਦੇ ਖਿਲਾਫ਼ ਇਕੱਠੀਆਂ ਹੋ ਗਈਆਂ ਫੌਜਾਂ ਜਿੰਨਾ ਮਾਫੀਆ ਸਾਰੀਆਂ ਪਾਰਟੀਆਂ ਦਾ ਅਤੇ ਕਾਂਗਰਸ 'ਚ ਆਪਾ ਧਾਪੀ ਪੈ ਗਈ ਮਤਲਬ ਇੱਕ ਰਾਣਾ ਕਹਿ ਰਿਹਾ ਮੈਂ ਇਹਨਾਂ ਦੋ ਨੂੰ ਹਰਾਊਂ ਹੈ ਜੀ ਚੰਨੀ ਦਾ ਭਰਾ ਇਹਦਾ ਮੈਂ ਤਾਂ ਇੱਥੋਂ ਲੜੀ ਚੰਨੂ ਕਹਿੰਦਾ ਸੀ ਮੈਂ ਰੋਕ ਲੂੰ ਮੈਂ ਸਮਝਾ ਲੂੰ ਉਹ ਨਹੀਂ ਸਮਝਿਆ ਮਨਪ੍ਰੀਤ ਬਾਦਲ ਉਹ ਕਹਿੰਦਾ ਬੜਿੰਗ ਨਾ ਜਿੱਥੇ ਤਾਂ ਗੱਲ ਬਣਦੀ ਆ ਦਿਹਾਤੀ ਤੋਂ ਲਾਡੀ ਨਾ ਜਿੱਥੇ ਤਾਂ ਗੱਲ ਬਣਦੀ ਚਰਨ ਜੀ ਦੀ ਸ਼ਰਾਰਤ ਨਹੀਂ ਲੱਗਦੀ ਭਰਾ ਨੂੰ ਰੋਕ ਨਹੀਂ ਪਾਇਆ ਕਹਿੰਦਾ ਮਨਾ ਲਾਂਗਾ ਦੇਖੋ ਸ਼ਰਾਰਤਾਂ ਕਹਿਣੀਆਂ ਹੋਰ ਗੱਲ ਹੁੰਦੀ ਆ ਇਹ ਤਾਂ ਨਿੱਜੀ ਗੱਲ ਆ ਪਰ ਇੱਕ ਪਹੁੰਚ ਤਾਂ ਗਲਤ ਹੋ ਗਈ ਨਾ ਜੀ ਫਿਰ ਤੁਸੀਂ ਆਪ ਦੋ ਸੀਟਾਂ ਲੈ ਲਈਆਂ ਫਿਰ ਡਿੰਪਾ ਜਿਹੜਾ MP ਆ ਉਹਦਾ ਪਰਿਵਾਰ ਜਾ ਕੇ ਅਕਾਲੀ ਦਲ 'ਚ ਰਲ ਗਿਆ ਕੋਈ ਕਿਸੇ 'ਤੇ ਐਕਸ਼ਨ ਨਹੀਂ ਕੋਈ ਗੱਲ ਨਹੀਂ ਲਾਸਟ ਦਿਨ ਆ ਕੇ ਪੰਜ ਚਾਰ ਕੁ ਬੰਦੇ ਜੇ ਕੱਢ ਤੇ ਜਾਣੀ ਹਾਈ ਕਮਾਂਡ ਇਨ ਐਕਸ਼ਨ 'ਚ ਹੋ ਗਈ ਹੁਣ ਇਹ ਜਿਹੜੇ ਸੈਲਫ ਗੋਲ ਕੀਤੇ ਨੇ ਇਹਦਾ ਅਕਾਲੀ ਦਲ ਨੂੰ ਕਿੰਨਾ ਕੁ ਫਾਇਦਾ ਹੋਊ ਇਹਦਾ ਆਪ ਨੂੰ ਕਿੰਨਾ ਫਾਇਦਾ ਹੋਊ ਇਹ ਤਾਂ 10 ਤਰੀਕ ਨੂੰ ਪਤਾ ਕੇਵਲ ਢਿੱਲੋਂ ਵਰਗਿਆਂ ਨਾਲ ਨਜਾਇਜ਼ ਹੋਈ ਨਹੀਂ ਮੈਨੂੰ ਪਤਾ ਨਹੀਂ ਮਤਲਬ ਮਨੀਸ਼ ਬੰਸਲ ਜਿਹੜੇ ਚੰਡੀਗੜ੍ਹੋਂ MP ਪਵਨ ਬੰਸਲ ਉਹਨਾਂ ਦੇ ਮੁੰਡੇ ਨੇ ਲਿੱਤੀ ਉੱਥੇ ਜਾ ਕੇ ਨਹੀਂ ਨਹੀਂ ਟਿਕਟ ਤਾਂ ਉਹਨਾਂ ਨੇ ਲਈ ਆ ਇਹ ਤਾਂ ਚਲੋ ਉਹਨਾਂ ਦੀ ਪਾਰਟੀ ਦਾ ਅੰਦਰੂਨੀ ਮਸਲਾ ਪਵਨ ਕੇਵਲ ਢਿੱਲੋਂ ਕਿਹੜਾ ਉੱਥੇ ਹਲਕੇ ਮਨੀਸ਼ ਬੰਸਲ ਤਾਂ ਇੱਕ ਦਿਨ ਵੀ ਉੱਥੇ ਰਿਹਾ ਨਹੀਂ ਚੰਡੀਗੜ੍ਹ ਰਹਿੰਦਾ ਉੱਥੇ ਜਾ ਕੇ ਸਿੱਧਾ ਟਿਕਟ ਲੈ ਕੇ ਇਲੈਕਸ਼ਨ ਲੜ ਰਿਹਾ ਠੀਕ ਆ ਇਹ ਤਾਂ ਟਿਕਟ ਵੰਡ ਦੇ ਵਿੱਚ ਜਿਹੜੀਆਂ ਸਾਰਿਆਂ ਨੇ ਕੀਤੀਆਂ ਨੇ ਉਹ ਕਾਂਗਰਸ ਨੇ ਵੀ ਕੀਤੀਆਂ ਨੇ ਮੇਰੇ ਖਾਤਰੇ ਕੋਈ ਬੜਾ ਵੱਡਾ ਮਸਲਾ ਨਹੀਂ ਵੀ ਕਿਉਂਕਿ ਉਹ ਠੀਕ ਹੋਇਆ ਕਿ ਭਾਵ ਹੈ ਕਿ ਸਿਟਿੰਗ MLA ਨੂੰ ਯਾਰ ਪਿਛਲੀ ਵਾਰ ਚਲੋ ਐਤਕੀ ਮੀਤ ਹੇਰ ਜਿੱਤ ਗਿਆ ਸੀ ਪਿਛਲੀ ਵਾਰ ਦੋ ਵਾਰ MLA ਰਹੇ ਤੁਸੀਂ ਓਜਿਆਂ ਨੂੰ ਜੇ ਤੁਸੀਂ ਦਰਕਨਾਰ ਕਰ ਰਹੇ ਹੋ ਤਾਂ ਲਾਸ ਤਾਂ ਹੈ ਫਿਰ ਪਾਰਟੀ ਨੂੰ ਨਹੀਂ ਪਾਰਟੀ ਦੇ ਵਿੱਚ ਇਹ ਵੀ ਆ ਨਵਿਆਂ ਦੇ ਆਉਣ ਦੀ ਵੀ ਲੋੜ ਸੀ ਜਦੋਂ ਤੁਸੀਂ ਬਦਲ ਲੈ ਕੇ ਆਉਂਦੇ ਹੋ ਜਦੋਂ ਹੁਣ ਦੇਖੋ ਕੇਜਰੀਵਾਲ ਕਿੱਥੇ ਕਹਿੰਦਾ ਸੀ ਸਿਆਸਤ ਕਰਨੀ ਆ ਇਹ ਬਦਲਾਂ ਆ ਹੈ ਜੀ ਮੁੜ ਕੇ ਹੋਰਾਂ ਗੱਲਾਂ 'ਤੇ ਆ ਗਏ ਹੁਣ ਸਾਰੀਆਂ ਗੱਲਾਂ ਹੀ ਛੱਡ ਗਿਆ ਗਰੰਟੀ ਅਗਲੇ ਕਹਿੰਦੇ ਕਿਵੇਂ ਗਰੰਟੀ ਪੂਰੀ ਹੈ ਮੇਰੇ 'ਤੇ ਛੱਡੋ ਉਹਨੇ ਨਾਰੀ ਇਹ ਦਿੱਤਾ ਨਵਿਆਂ ਨੂੰ ਮੌਕਾ ਦਿਓ ਸਾਰੀ ਸਿਆਸਤ ਪਰਾਂ ਛੱਡਤੀ ਇਹ ਗੱਲ ਕਰਤੀ ਵੀ ਆ ਜਿਹੜੀ ਖਾਨਦਾਨੀ ਸਿਆਸਤ ਬਣ ਗਈ ਨਾ ਜੀ ਮੈਂ MLA ਦਾ ਮੁੰਡਾ ਹੀ ਹਲਕੇ 'ਚ
ਮੰਤਰੀ ਦਾ ਮੁੰਡਾ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਨਵਜੋਤ ਸਿੰਘ ਸਿੱਧੂ ਵੱਲੋਂ ਰਾਹੁਲ ਦੀ ਹਾਜ਼ਰੀ 'ਚ ਇਹ ਕਹਿਣਾ ਵੀ ਰਾਹੁਲ ਜੀ ਇਹ ਐਲਾਨ ਕਰ ਦਿਓ ਵੀ ਕਿਸੇ MLA ਦੇ ਮੁੰਡੇ ਨੂੰ ਕੋਈ ਚੇਅਰਮੈਨ ਨਹੀਂ ਮਿਲੂ, ਵਰਕਰਾਂ ਨੂੰ ਮਿਲੂ, ਪਰਿਵਾਰਵਾਦ। ਹਾਂ, ਇਹ ਛੋਟੀ ਗੱਲ ਥੋੜ੍ਹੀ ਸੀ, ਵੱਡੀ ਗੱਲ। ਸੋ ਇਸ ਕਰਕੇ ਕਾਂਗਰਸ ਦੇ ਖੁਦ ਹਲਕ 'ਚੋਂ ਕਾਂਗਰਸ ਦਾ ਏਜੰਡਾ ਨਹੀਂ ਨਿਕਲਿਆ, ਫਿਰ ਰਾਏ ਤੁਸੀਂ ਕਾਂਗਰਸ ਦੀ ਲੈਣ ਲੱਗ ਗਏ ਜੀ। ਹੁਣ ਕਾਂਗਰਸੀਆਂ ਨੇ ਤਾਂ ਦੁਕਾਨਾਂ ਕਿੰਨੀਆਂ ਬੰਦ ਹੋਣੀਆਂ ਸੀ, ਕੁਦਰਤੀ ਚੰਨੀ ਦੇ ਹੱਕ 'ਚ ਪੱਲੜਾ ਭਾਰੂ ਹੋਣਾ ਸੀ, ਰਾਏ ਉਹਦੇ ਹੱਕ 'ਚ ਆਈ ਹੋਈ। ਮੈਂ ਐਂ ਨਹੀਂ ਕਹਿੰਦਾ ਵੀ ਸਿੱਧੂ ਦੇ ਬਹੁਤ ਹੱਕ 'ਚ ਹੋਣ, ਸਿੱਧੂ ਦੀ ਕਮਜ਼ੋਰੀ ਇਹ ਰਹੀ ਇਹ ਏਜੰਡੇ ਦੇ ਨਾਲ ਨਾਲ ਚਿਹਰੇ ਦੀ ਸਿਆਸਤ ਉਭਾਰਦਾ ਰਿਹਾ, ਬਹੁਤ ਜ਼ੋਰ ਨਾਲ ਉਭਾਰਦਾ ਰਿਹਾ, ਜਿਹੜੀ ਲੋੜ ਨਹੀਂ ਸੀ। ਇੱਥੇ ਤੁਹਾਨੂੰ ਰੋਕ ਰਹੇ, ਅੱਜ ਤੋਂ ਆਪਾਂ 20 ਸਾਲ ਜਾਂ 30 ਸਾਲ ਪਿੱਛੇ ਚੱਲ ਜਾਈਏ, ਉਦੋਂ ਹੁੰਦਾ ਸੀ ਯਾਰ ਪਾਰਟੀ ਕਿਹੜੀ ਚੰਗੀ ਤਰ੍ਹਾਂ ਨਾਲ ਆ ਰਹੀ ਹੈ, ਉਹ ਵਿਕਾਸ ਕਰੇਗੀ ਨਹੀਂ ਕਰੇਗੀ, ਜੋ ਮੁੱਦਾ ਹੁੰਦਾ ਸੀ। CM ਚਿਹਰੇ ਦਾ ਖੇਲ ਹੁਣ ਨਹੀਂ ਸ਼ੁਰੂ ਹੋ ਗਿਆ, ਕਿੰਨਾ ਕੁ ਮਾਇਨੇ ਰੱਖਦਾ CM ਫੇਜ਼ ਪਹਿਲਾਂ ਐਲਾਨੋ ਜੀ ਪਾਰਟੀ ਕਿਸੇ ਵੀ ਪਾਰਟੀ ਲਈ? ਇਹ ਤਾਂ ਜਮਹੂਰੀਅਤ ਵਿਰੋਧੀ ਆ। ਦੇਖੋ MLA ਤੁਸੀਂ ਚੁਣਨੇ ਆ, MLA ਨੇ ਆਪਦਾ ਮੁੱਖ ਮੰਤਰੀ ਚੁਣਨਾ, ਤੁਸੀਂ ਪਹਿਲੀ MLA ਤੋਂ ਹੱਕ ਕਹੋ ਕਿ ਹਾਈਕਮਾਂਡ ਨੂੰ ਦੇਤਾ, ਹਾਈਕਮਾਂਡ ਐਲਾਨ ਕਰਦੀ ਹੈ ਵੀ ਮੁੱਖ ਮੰਤਰੀ ਦਾ ਚਿਹਰਾ ਕੌਣ ਹੋ। ਇਹ ਤਾਂ ਪਾਰਟੀ ਅੰਦਰੂਨੀ ਜਮਹੂਰੀਅਤ ਆ ਜਿਹੜੀ, ਉਹਨੂੰ ਖਤਮ ਕਰਨ ਵਾਲੀ ਗੱਲ ਆ। ਇਹਦੇ ਨਾਲ ਫਿਰ ਮੁੱਦਿਆਂ ਤੋਂ ਸਿਆਸਤ ਤਿਲਕਦੀ ਆ, ਫਿਰ ਬੰਦੇ ਦਾ ਬੰਦਾ ਅਤੇ ਬੰਦੇ ਦਾ ਵਿਰੋਧੀ ਵਾਲੀ ਸੁਰਾ ਜਿਹੜੀ ਭਾਰੂ ਹੋ ਜਾਂਦੀ ਹੈ। ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਚੰਨੀ ਉਸ ਪੱਖੋਂ ਦੇਖੀਏ ਕਿਤੇ ਖੜਦਾ ਨਹੀਂ, ਉਹਦੀ ਰੇਂਜ ਬਹੁਤ ਵੱਡੀ ਆ, ਉਹਦੀ ਅੰਡਰਸਟੈਂਡਿੰਗ ਬਹੁਤ, ਔਰਾ ਜਿਹੜਾ ਦਾਇਰਾ ਵੱਡਾ ਸਿੱਧੂ ਦਾ, ਦਾਇਰਾ ਅੰਡਰਸਟੈਂਡਿੰਗ ਦੀ ਵੀ ਗੱਲ ਆ, ਮੁੱਦਿਆਂ ਮਸਲਿਆਂ ਬਾਰੇ ਉਹ ਸਾਰੀ ਗੱਲ ਹੈਗੀ ਆ। ਐਂ ਨਹੀਂ ਮੈਂ ਕਹਿੰਦਾ ਵੀ ਉਹਦਾ ਆਪਦੇ ਆਪ 'ਚ ਕੋਈ ਦਾਇਰਾ ਨਹੀਂ ਹੈ, ਮੁਕਾਬਲਤਨ ਮੈਂ ਤੁਹਾਨੂੰ ਕਹਿਣਾ। ਹਾਂ ਬਿਲਕੁਲ ਸਮਝ ਗਿਆ। ਫਿਰ ਉਸ ਹਾਲਤ 'ਚ ਬਾਕੀ ਜਿਹੜੀ ਧਿਰ ਸੀ ਉਹਨਾਂ ਨੇ ਚੰਨੀ ਨੂੰ ਉਭਾਰਤਾ ਜ਼ੋਰ ਨਾਲ, ਸੁਮੇਧ ਮਾਝਾ ਬ੍ਰਿਗੇਡ ਲਾ ਕੇ ਵੀ ਚੰਨੀ ਇੱਕ ਉਹਦੇ ਬਰਾਬਰ ਆਉਂਦਾ ਤਾਂ ਸਿੱਧੂ ਤੋਂ ਖੇੜਾ ਛੁੱਟੂ। ਫਿਰ ਉੱਧਰ ਨੂੰ ਵੀ ਜ਼ੋਰ ਲਾਇਆ ਵੀ ਜੇ ਉੱਥੇ ਹਰ ਜੇ ਨਾ ਰਹੂ ਬਾਂਸ ਨਾ ਵੱਜੂ ਬਾਂਸਰੀ, ਹਰਦਾ ਜਿੱਤਦੇ ਤਾਂ 10 ਤਰੀਕ ਨੂੰ ਪਤਾ ਲੱਗਣਾ। ਬਿਲਕੁਲ। ਸੋ ਇਹ ਸੈਲਫ ਗੋਲ ਨੇ ਕਾਂਗਰਸ ਦੇ ਜਿਹਦਾ ਲਾਹਾ। ਸਿੱਧੂ ਦਾ ਬੜਬੋਲਾ ਹੋਣਾ ਉਹਦੇ ਲਈ ਬਹੁਤ ਵੱਡਾ ਲੌਸ ਨਹੀਂ ਹੈਗਾ? ਨਹੀਂ ਨਹੀਂ ਨਹੀਂ, ਸਿਆਸਤ ਦੇ ਵਿੱਚ ਇਹ ਕੋਈ ਗੱਲ ਨਹੀਂ ਹੁੰਦੀ। ਤੁਸੀਂ ਇਹ ਦੇਖੋ ਕਿਸੇ ਵੀ ਸਿਆਸੀ ਪਾਰਟੀ ਨੇ ਉਹਦੇ ਏਜੰਡੇ ਦੀ ਆਲੋਚਨਾ ਨਹੀਂ ਕੀਤੀ, ਕਿਸੇ ਨੇ ਇਹ ਨਹੀਂ ਕਿਹਾ ਵੀ ਏਜੰਡਾ ਗਲਤ ਆ। ਜਲੰਧਰ ਜਦੋਂ ਰਾਹੁਲ ਗਾਂਧੀ ਆਏ ਸੀ, ਤੁਸੀਂ ਵੀ ਦੇਖਿਆ ਹੋਣਾ ਸਪੀਚ, ਜਦੋਂ ਸਟੇਜ 'ਤੇ ਬੋਲ ਰਿਹਾ ਸੀ, ਦੱਸੋ ਰਾਹੁਲ ਜੀ ਪੰਜਾਬ ਪੁੱਛ ਰਿਹਾ ਕੌਣ ਪ੍ਰਧਾਨ ਹੋਏਗਾ, CM ਫੇਸ ਦੱਸ ਕੇ ਜਾਓ, ਅੱਜ ਪੰਜਾਬ ਪੁੱਛ ਰਿਹਾ, ਇੱਦਾਂ ਦੀ ਇਹਨੂੰ ਹਾਪ ਉਧਰੀ ਨਹੀਂ ਕਹੋਗੇ ਤੁਸੀਂ? ਕੀ ਸੀ ਮੈਂ ਤੁਹਾਨੂੰ ਉਹ ਤੁਹਾਡੀ ਅੱਡ ਗੱਲ ਆ, ਉਹਦਾ ਮੈਂ ਜਵਾਬ ਦੇ ਚੁੱਕੇ ਹਾਂ ਵੀ ਇਹਨੂੰ ਨਾਲ ਚਿਹਰੇ ਦੀ ਸਿਆਸਤ ਨਹੀਂ ਉਭਾਰਨੀ ਚਾਹੀਦੀ ਸੀ, ਇਹ ਤਾਂ ਮੈਂ ਤੁਹਾਨੂੰ ਕਹਿ ਚੁੱਕੇ ਹਾਂ ਨਾ ਜੀ। ਜਿਹੜੀ ਗੱਲ ਤੁਸੀਂ ਬੋਲਬਾਣੀ ਦੀ ਗੱਲ ਕਰਦੇ ਹੋ, ਉਹਨੇ ਇੱਕ ਸਿਆਸਤ ਰੱਖੀ, ਏਜੰਡਾ ਰੱਖਿਆ, ਕੋਈ ਵੀ ਇੱਕ ਪਾਰਟੀ ਨੇ ਉਹਦੀ ਆਲੋਚਨਾ ਕੀਤੀ ਹੋਵੇ ਮੈਨੂੰ ਦੱਸੋ? ਇੱਕ ਮਾੜੀ ਜਿਹੀ ਆਲੋਚਨਾ ਕੀਤੀ ਵੀ ਤੂੰ ਵੀ ਫਿਰ ਔਰਤਾਂ ਨੂੰ ਰਾਇਤਾਂ ਦੇ ਰਿਹਾ, ਉਹਨੇ ਕਿਹਾ ਵੀ ਇਹ ਇਨਵੈਸਟ ਆ ਮਿੰਟ ਆ ਭਵਿੱਖ ਦੀ, ਜੇ 5 ਪਾਸ ਕਰੂ 10 ਪਾਸ ਕਰੂ ਉਹਦੇ ਹਿਸਾਬ ਨਾਲ ਆ, ਇਹ ਕਿਸੇ ਨੂੰ ਐਂ ਤਾਂ ਹੈ ਨਹੀਂ ਵੀ ਤੁਸੀਂ ਐਂ ਕਰ ਰਹੇ ਹੋ ਜੇ ਕਰ ਰਹੇ ਹੋ, ਇੱਕ ਮਾਮਲੇ ਤੋਂ ਇਹਦੀ ਆਲੋਚਨਾ ਹੋਈ, ਕੋਈ ਆਲੋਚਨਾ ਨਹੀਂ ਹੋਈ, ਤਾਂ ਸਾਰਿਆਂ ਨੇ ਜ਼ੋਰ ਲਾਤਾ ਉਹਦੀ ਬੋਲਬਾਣੀ ਮਾੜੀ ਆ, ਸਮੇਤ ਪੱਤਰਕਾਰ ਉਦੋਂ ਚੜ੍ਹ ਕੇ, ਗੋਦੀ ਮੀਡੀਆ ਨੇ ਉਦੋਂ ਚੜ੍ਹ ਕੇ ਬੋਲਬਾਣੀ ਕਰਦਾ ਜੀ, ਤੂੰ ਤੜਕ ਕਰਦਾ, ਸਾਰਾ ਪੰਜਾਬ ਭਾਸ਼ਾ ਵਿਗਿਆਨੀ ਬਣਾਤਾ, ਸਿਆਸਤ ਕਿੱਧਰ ਗਈ? ਸਿਆਸਤ ਕਿੱਧਰ ਗਈ? ਜੇ ਕਿਤੇ ਚਲੋ ਉੱਚਾ ਨਹੀਂ ਮੈਂ ਬੋਲ ਵੀ ਗਿਆ, ਠੀਕ ਆ ਉਹਦਾ ਆਪਦਾ ਅੰਦਾਜ਼ੇ ਵਿਆ, ਉਹ 'ਚ ਕੋਈ ਗੱਲ ਇਹ ਨਹੀਂ, ਆਪਦੀ ਗੱਲ ਨੂੰ ਉਹ ਪ੍ਰੈਸ਼ਰ ਨਾਲ ਕਹਿੰਦਾ, ਜ਼ੋਰ ਨਾਲ ਕਹਿੰਦਾ। ਹੁਣ ਮੈਂ ਕਹਿੰਦਾ ਪੱਤਰਕਾਰਾਂ ਨਾਲ, ਮੈਂ ਵੀ ਪੱਤਰਕਾਰੀ ਦੇ ਕੋਰਸ ਕੀਤਾ, ਇਵੇਂ ਕੀਤੀ, ਮੈਨੂੰ ਲੱਗਦਾ ਹੀ ਨਾ ਪੱਤਰਕਾਰ ਨਾਲ ਕਿਸੇ ਨਾਲ ਕੋਈ ਗਲਤ ਬਿਹੇਵ ਕੀਤਾ, ਕਿਉਂਕਿ ਮੈਂ ਤੂੰ ਤੜਾ ਕਰਕੇ ਬੋਲਣਾ, ਪਹਿਲੀ ਗੱਲ ਤੂੰ ਸ਼ਬਦ ਪੰਜਾਬ ਦੇ ਸੱਭਿਆਚਾਰ 'ਚ ਕੋਈ ਨਰਾਦਰੀ ਵਾਲਾ ਸ਼ਬਦ, ਹਾਲਾਂਕਿ ਉਹ ਪਣਤ ਦਾ ਵਰਡ ਹੈ ਜੇ ਮੈਂ ਵੀ ਦੇਖਾਂ। ਮੈਂ ਕਹਿੰਦਾ ਤੁਸੀਂ ਮੈਨੂੰ ਹੁਣ ਮਿਲਿਓ, ਮੈਂ ਕਹੂੰ ਹਾਂਜੀ ਮਰਵਾਹਾ ਸਾਹਿਬ, ਹਾਂਜੀ ਹਾਂ, ਆਪਣੀ ਦੋਸਤੀ ਪੈ ਜੇ, ਮੈਂ ਕਹੂੰ ਛੱਡ ਯਾਰ ਮਰਵਾਹਾ, ਤੂੰ ਤਾਂ ਇਵੇਂ ਬੋਲੀ ਜਾਂਦਾ, ਗੁਰੂ ਗ੍ਰੰਥ ਸਾਹਿਬ 'ਚ ਪਰਮਾਤਮਾ ਨੂੰ ਤੂੰ ਮੇਰਾ ਮਾ, ਹਾਲਾਂ ਇਹ ਤਾਂ ਬਣਾਤੀ ਨਾ, ਇੱਕ ਤੂੰ ਸ਼ਬਦ ਆਪਦੇ ਆਪ ਨਰਾਦਰੀ ਦਾ ਨਹੀਂ, ਇਹ ਐਵੇਂ ਸਭਿਕ ਅਸਭਿਕ। ਪੱਤਰਕਾਰ ਨੂੰ ਕੋਈ ਹੱਕ ਨਹੀਂ ਕਿ ਕਿਸੇ ਨੂੰ ਮਜਬੂਰ ਕਰ ਸਕੇ ਵੀ ਤੂੰ ਇਹਦਾ ਜਵਾਬ ਦੇ, ਬੁਨਿਆਦੀ ਸੂਲ ਆ। ਸਵਾਲ ਤੁਸੀਂ ਪੁੱਛ ਸਕਦੇ ਹੋ, ਉਹ ਕਹਿੰਦਾ ਨੋ ਕਮੈਂਟ, ਅਗਲੇ ਦੀ ਮਰਜ਼ੀ ਆ ਜਵਾਬ ਦੇਵਾਂ ਨਾ ਦੇਵਾਂ। ਹਾਂ, ਦੂਜਾ ਇਹ ਅਗਲੇ ਦੀ ਮਰਜ਼ੀ ਆ, ਉਹ ਕਹਿ ਸਕਦਾ ਅੱਜ ਮੈਂ ਸਿਰਫ ਖੇਤੀ ਬਾਰੇ ਬੋਲਣਾ, ਇਹਦੇ ਬਾਰੇ ਤੁਸੀਂ ਕਹੋਗੇ ਨਾ ਜੀ ਮਜੀਠੀ ਬਾਰੇ ਜਵਾਬ ਦਿਓ, ਨਾ ਜੀ ਉਹ ਕਹਿੰਦਾ ਨਾ ਮੈਂ ਅੱਜ ਇਹਦੇ ਬਾਰੇ ਬੋਲਣਾ। ਸਮੱਸਿਆ ਤਾਂ ਹੈ ਸਾਡੇ ਪੱਤਰਕਾਰਾਂ ਕੋਲ ਵੀ ਪੰਜਾਬ ਦਾ ਸੰਕਟ ਕੀ ਆ, ਕਾਰਨ ਕੀ ਆ, ਹੱਲ ਕੀ ਆ, ਉਹਦਾ ਗਿਆਨ ਹੈ ਨਹੀਂ, ਜਿਹਦੇ ਕਰਕੇ ਨਹੀਂ ਪੁੱਛ ਸਕਦੇ ਸਵਾਲ ਉਹਨੂੰ। ਲੀਡਰਾਂ ਦੇ ਬਿਆਨਾਂ 'ਚ ਉਲਝੇ ਰਹਿੰਦੇ ਆ ਉਹ, ਮਤਲਬ ਜਿਹਨੂੰ ਆਪਾਂ ਕਹਿ ਦਈਏ ਉਹ ਉੱਧਰੋਂ ਸਵਾਲ ਪੁੱਛ ਲਏ, ਕੰਟਰੋਵਰਸੀ ਕ੍ਰੀਏਟਰ, ਕੰਟਰੋਵਰਸੀ ਕ੍ਰੀਏਟਰ ਪੱਤਰਕਾਰੀ ਬਣੀ ਹੋਈ ਆ। ਸੋ ਇਹ ਠੀਕ ਆ, ਇੱਕ ਮੌਕੇ ਜਦੋਂ ਜਿਵੇਂ ਕਹਿ ਦਈਏ ਵੀ ਪੰਛੀ ਅਕੇਲਾ ਹੈ ਤੇਰੇ ਮਗਰ ਸ਼ਿਕਾਰੀ ਬਹੁਤੇ, ਵਿਅਕਤੀ ਦੀ ਗੱਲ ਨਹੀਂ ਮੈਂ ਕਰਦਾ, ਉਹਦਾ ਏਜੰਡਾ ਜਿਹੜਾ ਉਹ ਪਰੇਸ਼ਾਨ ਕਰ ਰਿਹਾ ਸਾਰਿਆਂ ਨੂੰ, ਇਸ ਕਰਕੇ ਉਹਦੇ ਬਾਰੇ ਕੀ ਮਤਲਬ ਕਿ ਇਨਸਿਕਿਉਰ ਫੀਲ ਕਰ ਰਹੇ, ਅਸੁਰੱਖਿਅਤ ਫੀਲ ਕਰ ਰਹੇ ਉਸਦੇ ਏਜੰਡੇ ਤੋਂ? ਹਾਂ ਹਾਂ, ਕਿਉਂਕਿ ਉਹ ਏਜੰਡਾ ਦੁਕਾਨਦਾਰੀਆਂ ਬੰਦ ਕਰਾਉਂਦਾ ਨਾ ਜੀ। ਹੁਣ ਤੁਸੀਂ ਸ਼ਰਾਬ ਦੀ ਕਾਰਪੋਰੇਸ਼ਨ ਬਣਾਓ, ਰੇਤੇ ਦੀ ਕਾਰਪੋਰੇਸ਼ਨ ਬਣਾਓ, ਜਿਹੜੀਆਂ ਉਹ ਗੱਲਾਂ ਕਹਿੰਦਾ। ਸ਼ਰਾਬ ਦੀ ਕਾਰਪੋਰੇਸ਼ਨ ਦਾ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ, ਦਿੱਲੀ 'ਚ ਤਾਂ ਸਰਕਾਰੀ ਕਾਰਪੋਰੇਸ਼ਨ ਦੀ ਨਿੱਜੀਕਰਨ ਕਰਤਾ ਜੀ, ਪਰ ਮੈਂ ਨਹੀਂ ਸੁਣਿਆ ਵੀ ਉਹ ਸਰਕਾਰੀ ਕਾਰਪੋਰੇਸ਼ਨ ਕਹਿ ਰਹੀ ਹੈ ਜਾਂ ਉਹਨਾਂ ਦੇ ਮੈਨੀਫੈਸਟ।
ਨਹੀਂ ਬੋਲਦੇ ਨੇ ਕਦੇ ਕਦੇ ਬੰਦੇ ਬੋਲਦੇ ਨੇ ਪਰ ਮੈਨੂੰ ਨਹੀਂ ਪਤਾ ਜਿਹੜੀਆਂ ਗਰੰਟੀਆਂ 'ਚ ਕਿਤੇ ਹੈ ਸ਼ਰਾਬ ਕਾਰਪੋਰੇਸ਼ਨ ਰੇਤਾ ਕਾਰਪੋਰੇਸ਼ਨ ਜਿਹੜੀਆਂ ਗਰੰਟੀਆਂ ਦੇ ਹਰਪਾਲ ਚੀਮਾ ਦੇ ਬਿਆਨਾਂ 'ਚ ਮੈਂ ਖੁਦ ਦਾ ਇੰਟਰਵਿਊ ਕੀਤਾ ਸੀ ਲਿਕਰ ਕਾਰਪੋਰੇਸ਼ਨ ਦੀ ਗੱਲ ਕਰਦੇ ਸੀ ਉਹ ਹਾਂ ਦੇ ਕਹਿ ਦਿੰਦੇ ਨੇ ਪਰ ਪਾਰਟੀ ਦਾ ਏਜੰਡਾ ਨਹੀਂ ਵਿਅਕਤੀਗਤ ਏਜੰਡਾ ਜੀ ਐ ਦੇਖਿਓ ਐ ਕਹ ਲਓ ਨੇਤਾਵਾਂ ਦੀ ਰਾਏ ਹੋਣੀ ਉਸ ਪਾਰਟੀ ਦੇ ਹਾਂ ਰਾਏ ਹੋਣੀ ਆ ਪਰ ਨਹੀਂ ਕਿਉਂਕਿ ਉਹ ਤਾਂ ਤੁਸੀਂ ਦਿੱਲੀ 'ਚ ਤਾਂ ਨਿੱਜੀਕਰਨ ਕੀਤਾ ਸ਼ਰਾਬ ਦੀ ਕਾਰਪੋਰੇਸ਼ਨ ਦਾ ਸਾਰਿਆਂ ਦੇ ਉਹਦਾ ਕੋਈ ਵੈਲਿਊ ਨਹੀਂ ਰਹਿੰਦੀ ਕਿੱਡਾ ਕੁ ਵੱਡਾ ਚੈਲੰਜ ਰਹੇਗੀ ਇਹ ਰਵਾਇਤੀ ਪਾਰਟੀਆਂ ਲਈ ਆਮ ਆਦਮੀ ਪਾਰਟੀ ਕੀ ਲੱਗਦਾ ਤੁਹਾਨੂੰ ਚੈਲੰਜ ਹੈ ਵੱਡਾ ਵੱਡਾ ਸੀਰੀਅਸ ਚੈਲੰਜ ਹੈ ਮਤਲਬ ਮੈਂ ਮਾਲਵੇ ਦੇ ਵਿੱਚ ਜਾ ਕੇ ਆਇਆ ਬਠਿੰਡੇ ਗਿੱਦੜਵਾਹਾ ਸਾਰੇ ਜਾ ਕੇ ਉੱਥੇ ਇੱਕ ਤਾਂ ਕਾਰਨ ਇਹ ਹੈ ਵੀ ਜਿਹੜੀ ਆਮ ਦੀ ਸਪੋਰਟ ਆ ਨਾ ਜੀ ਉਹ ਬੋਲਦੀ ਆ ਤੁਸੀਂ ਇੱਕ ਪਿੰਡ 'ਚ 10 ਬੰਦੇ ਬੈਠੇ ਨੇ 3 ਅਕਾਲੀ ਨੇ 3 ਕਾਂਗਰਸੀ ਨੇ ਇੱਕ ਅੱਧਾ ਹੋਰ 2 ਆਮ ਆਦਮੀ ਪਾਰਟੀ ਨੇ ਤੁਸੀਂ ਜਾ ਕੇ ਕਰੋ ਗੱਲ ਹਾਂ ਭਾਈ ਦੱਸੋ ਐਤਕੀ ਕੀ ਆਪਣਾ ਝਾੜੂ ਚੱਲ ਗਿਆ ਬਾਈ ਜੀ ਉਹ ਦੂਜੇ ਚੁੱਪ ਕਰ ਰਹਿੰਦੇ ਨੇ ਵੀ ਆਪਾਂ ਕਾਹਨੂੰ ਇਹਨਾਂ ਨਾਲ ਲੜਨਾ ਬਾਈ ਜੀ ਐਤਕੀ ਤਾਂ ਝਾੜੂ ਹੋ ਰਹੀ ਆ ਉਹ ਬੋਲਦੇ ਬਹੁਤ ਨੇ ਜਿਹੜੀ ਸਾਇਲੈਂਟ ਵੋਟ ਆ ਨਾ ਉਹ ਐਤਕੀ ਕੀ ਕਰਦੀ ਆ ਅਸਲ 'ਚ ਡਿਸਾਈਡਿੰਗ ਫੋਰਸ ਉਹ ਆ ਪਰ ਇੱਕ ਗੱਲ ਸਾਫ਼ ਆ ਵੋਟ ਪਰਸੈਂਟੇਜ ਜਿਹੜੀ ਘੱਟ ਹੋਈ ਆ ਉਹ ਆਪਣੇ ਆਪ 'ਚ ਇੰਡੀਕੇਸ਼ਨ ਦਿੰਦੀ ਆ ਵੀ ਬਦਲਾਅ ਵਾਲੀ ਗੱਲ ਉਨੀ ਚੱਲੀ ਨਹੀਂ ਮਾਲਵੇ 'ਚ ਜ਼ਿਆਦਾ ਵੋਟਿੰਗ ਹੋਈ ਆ ਅਤੇ ਇਹ ਵੀ ਕਿਹਾ ਜਾ ਰਿਹਾ ਸ਼ਾਇਦ ਮਾਲਵਾ 'ਚ ਹੀ ਆਮ ਆਦਮੀ ਨੂੰ ਸਭ ਤੋਂ ਜ਼ਿਆਦਾ ਰਿਸਪੌਂਸ ਆਏਗਾ ਦੁਆਬੇ 'ਚ ਨਹੀਂ ਆਉਣ ਲੱਗਿਆ ਮਾਝੇ 'ਚ ਨਹੀਂ ਆਉਣ ਪਹਿਲਾਂ ਵੀ ਲੱਗ ਰਿਹਾ ਹੁਣ ਇਹ ਕਹਿ ਰਹੇ ਨੇ ਵੀ ਥੋੜ੍ਹਾ ਮੋਟਾ ਮਾਝੇ 'ਚ ਹੈ ਕੋਈ ਜੋ ਮੈਂ ਸੁਣਿਆ ਤੁਹਾਡੇ ਪੱਤਰਕਾਰਾਂ ਦੀਆਂ ਰਿਪੋਰਟਾਂ ਜੇ ਜੇ ਪਰ ਉਹ ਰਿਸਪੌਂਸ ਕੀ ਜਿੱਤ ਤੱਕ ਲੈ ਕੇ ਜਾਂਦਾ ਜਾਂ 2 ਨੰਬਰ 'ਤੇ ਆ ਜਾਣਾ ਇਹ ਵੀ ਇੱਕ ਵੱਡਾ ਰਿਸਪੌਂਸ ਹੁੰਦਾ ਉਹਦਾ ਪੱਧਰ ਕੀ ਰਹੇਗਾ ਮਤਲਬ ਪੱਧਰ ਕੀ ਰਹੇਗਾ ਕਿਹਾ ਨਹੀਂ ਜਾ ਸਕਦਾ ਇਸ ਕਰਕੇ ਸੰਖੇਪ 'ਚ ਕਹਿਣਾ ਹੋਵੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਟੱਕਰ ਆ ਵੀ 1 ਨੰਬਰ ਕਿਹੜੀ ਹੁੰਦੀ ਆ ਹੁਣ ਅੱਛਾ ਹੁਣ ਜਾ ਕੇ ਭਾਜਪਾ ਹੀ ਬੜੇ ਜ਼ੋਰ ਸ਼ੋਰ ਨਾਲ ਦਾਅਵਾ ਕਰ ਰਹੇ ਨੇ ਕਿ ਅਸੀਂ ਕਿੰਗ ਮੇਕਰ ਹੋਵਾਂਗੇ ਕਿਉਂਕਿ ਹੰਗ ਅਸੈਂਬਲੀ ਚਾਹੁੰਦੇ ਨੇ ਲਟਕਵੀਂ ਵਿਧਾਨ ਸਭਾ ਕਿਸੇ ਇੱਕ ਦੀ ਬਹੁਤ ਸੰਮਤੀ ਨਾਲ ਲਟਕਵੀਂ ਲਟਕਵੀਂ ਤਾਂ ਮਾਲੀ ਸਾਹਿਬ ਤਾਂ ਆਏਗੀ ਨਾ ਜੇਕਰ ਭਾਵੇਂ ਕਾਂਗਰਸ ਲੈ ਲਈਏ ਭਾਵੇਂ ਆਪ ਲੈ ਲਈਏ ਜੇ 50 ਤੋਂ ਥੱਲੇ ਆਉਂਦੇ ਨੇ 40 ਜਾਂ 35 ਤੇ ਸਿਮਟ ਜਾਂਦੇ ਨੇ ਤਾਂ ਹੋ ਸਕਦੀ ਹੈ ਹੰਗ ਉਸੇ ਆਧਾਰ 'ਤੇ ਉਹ ਕਹਿ ਰਹੇ ਨੇ ਕਿ ਸਾਡਾ ਸ਼੍ਰੋਮਣੀ ਅਕਾਲੀ ਦਲ ਸਮਝੌਤਾ ਹੋ ਜਾਏਗਾ ਕਿੰਨੀ ਕੁ ਸੰਭਾਵਨਾ ਲੱਗਦੀ ਹੈ ਫਿਰ ਸੁਖਬੀਰ ਬਾਦਲ ਸਾਡਾ ਸੀਐਮ ਹੋਏਗਾ ਗੱਲ ਤਾਂ ਇਹ ਜੇ ਦੋਹੇ ਮਿਲ ਕੇ 30 ਨਾ ਟੱਪੇ ਫਿਰ ਕੀ ਕਰੋਗੇ ਉਹਨਾਂ ਦੀਆਂ 35-35 ਨੇ 40-40 ਨੇ ਮੰਨ ਲਓ ਆਪਾਂ ਸਪੋਜ਼ ਕਰਦੇ ਹਾਂ ਇਹ ਦੋਹੇ ਮਿਲ ਕੇ ਜੇ 40 ਦੇ ਨੇੜੇ ਨਾ ਹੋਏ ਫਿਰ ਕਿਵੇਂ ਹੋਊ ਆਣਗੇ ਹੈ ਅੰਦਾਜ਼ਾ ਨਹੀਂ ਕਿ ਨਹੀਂ ਅੰਦਾਜ਼ਾ ਕੀ ਲੱਗਦਾ ਤੁਹਾਨੂੰ ਨਹੀਂ ਦੇਖੋ ਜਿਹੜਾ ਆਪ ਦਾ ਨੁਕਸਾਨ ਹੋਇਆ ਉਹਦਾ ਫਾਇਦਾ ਅਕਾਲੀ ਦਲ ਨੂੰ ਕਿਤੇ ਹੋਇਆ ਕਿੰਨਾ ਹੋਇਆ ਉਹਦਾ ਫਾਇਦਾ ਆਪ ਨੂੰ ਵੀ ਹੋਇਆ ਹੁਣ ਇਹਦਾ ਅੰਦਾਜ਼ਾ ਲਾਉਣਾ ਥੋੜ੍ਹਾ ਜਿਹਾ ਮੁਸ਼ਕਲ ਆ ਹਾਲੇ ਇਹ ਕਹਿਣਾ ਪਰ ਕਿਉਂ ਪਿਛਲੀ ਵਾਰ ਵੀ ਮਾਲਵੇ 'ਚ ਬੋਲਬਾਲਾ ਸੀ ਅੱਛਾ ਐਤਕੀ ਓਡਾ ਬੋਲਬਾਲਾ ਨਹੀਂ ਹੈ ਉਹਦਾ ਜੇ ਆਪ ਹਵਾ ਸੀ ਜਿਵੇਂ ਪਿਛਲੀ ਵਾਰ ਪਰ ਐਤਕੀ ਨਾ ਲੋਕਾਂ ਦੀ ਇੱਕ ਬਦਲਾਅ 'ਤੇ ਆਸ ਸੀ ਉਹ ਆਸ ਦਾ ਕੇਂਦਰ ਬਿੰਦੂ ਬਣਦਾ ਸੀ ਇੱਕ ਤਾਂ ਨਵਜੋਤ ਸਿੱਧੂ ਇੱਕ ਸੰਯੁਕਤ ਸਮਾਜ ਮੋਰਚਾ ਨਵਜੋਤ ਸਿੰਘ ਉਦੋਂ ਪਿੱਛੇ ਕਰਤਾ ਸੰਯੁਕਤ ਸਮਾਜ ਮੋਰਚਾ ਚੱਲੇ ਨਹੀਂ ਸਕਿਆ ਬਾਦਲ ਵਾਲੀ ਗੱਲ ਲਿਆ ਨਹੀਂ ਸਕਿਆ ਇਸ ਕਰਕੇ ਹੀ ਆ ਗਿਆ ਯਾਰ ਨਵਿਆਂ ਨੂੰ ਤੁਸੀਂ ਇਹ ਦੇਖੋ ਮੈਂ ਤਾਂ ਦੋਸਤ ਮਿੱਤਰਾਂ ਨਾਲ ਮਿਲਣਾ ਉਹ ਕਹਿੰਦੇ ਯਾਰ 70 ਸਾਲ ਉਹਨਾਂ ਨੇ ਲੁੱਟਿਆ ਐਂ ਤਾਂ ਨਹੀਂ ਵੀ ਲੁੱਟਦੀ ਰਹਿੰਦੇ ਕੰਮ ਵੀ ਹੋਇਆ 70 ਸਾਲ ਪੰਜਾਬ ਦਾ ਵਿਕਾਸ ਵੀ ਹੋਇਆ ਜੇ 5 ਸਾਲ ਇਹ ਲੁੱਟ ਲੈਣਗੇ ਫਿਰ ਆਪਾਂ ਨੂੰ ਕੀ ਫਰਕ ਆ ਜੀ ਫਿਰ ਵੀ ਮੌਕਾ ਦਿਓ ਹਾਂ ਮੌਕਾ ਫਿਰ ਕਹਿੰਦੇ ਇਹ ਤਾਂ ਨਵੇਂ ਨੇ ਪੁਰਾਣਿਆਂ ਦਾ ਤਾਂ ਪੂਰਾ ਸਿਸਟਮ ਬਣਾਇਆ ਹੋਇਆ ਲੁੱਟ ਖੋਹ ਦਾ ਵੀ ਕਿੱਥੋਂ ਕੀ ਕਰਨਾ ਇਹਨਾਂ ਨੂੰ ਆਪਦਾ ਕੰਮ ਢਾਂਚਾ ਉਸਾਰਨ ਦੇ ਵਿੱਚ ਟਾਈਮ ਲੱਗ ਜੂ ਹਾਲਾਂਕਿ ਕਿਉਂਕਿ ਜਿਹੜੀਆਂ ਫੋਰਸ ਪਈਆਂ ਹੁੰਦੀਆਂ ਨੇ ਪਹਿਲੀ ਸਾਹਮਣੇ ਆ ਜਾਂਦੀਆਂ ਜੇ ਉਸਾਰਨਾ ਹੋਵੇ 5 ਮਿੰਟ ਲੱਗਦੇ ਆ ਢਾਂਚਾ ਉਸਾਰਨ ਨੂੰ ਪਰ ਕਿਉਂ ਕਿਤੋਂ ਕਿਹੜੀ ਬੈਕਗ੍ਰਾਉਂਡ ਤਾਂ ਹੈ ਉਹ ਕਿਵੇਂ ਹੋ ਤੁਸੀਂ ਇਹਨਾਂ ਗੱਲਾਂ ਦਾ ਫਰਕ ਤਾਂ ਪੈ ਜਾਂਦਾ ਹੁਣ ਕੋਈ ਮਚਿਓਰ ਬੰਦਾ ਜੀ ਜਿਹਨੇ 15 ਸਾਲ ਕੈਬਨਿਟ ਮੰਤਰੀ ਬਣ ਕੇ ਰਿਹਾ ਉਹਨੂੰ ਸਭ ਪਤਾ ਵੀ ਕਿੱਥੋਂ ਕੀ ਝੜਦਾ ਕਿੱਥੋਂ ਕੀ ਹੁੰਦਾ ਕਿਹੜੇ ਪਾਸੇ ਕਰੇ ਤਾਂ ਕੀ ਹੁੰਦਾ ਦਵਿੰਦਰਪਾਲ ਭੁੱਲਰ ਵਰਗੇ ਮਸਲੇ ਪੰਜਾਬ ਦੀ ਜ਼ਰੂਰਤ ਹੈ ਨੇ ਨਹੀਂ ਦਵਿੰਦਰਪਾਲ ਭੁੱਲਰ ਪਾਰਟੀਆਂ ਦਾ ਜ਼ਰੂਰ ਬਣਾ ਰਹੀਆਂ ਆਪਾਂ ਦੇਖੋ ਜ਼ਰੂਰਤ ਆ ਮਨੁੱਖੀ ਹੱਕ ਕੈਦੀਆਂ ਦੇ ਵੀ ਨੇ ਮਨੁੱਖੀ ਹੱਕ ਜੇ ਅਸੀਂ ਪਾਕਿਸਤਾਨ ਵਾਲੇ ਬੰਗਲਾਦੇਸ਼ ਵੇਲੇ 93,000 ਹੋਏ ਉਹਨਾਂ ਦੇ ਵੀ ਮਨੁੱਖੀ ਹੱਕ ਸੀ ਬੁਨਿਆਦੀ ਹੱਕ ਬੁਨਿਆਦੀ ਹੱਕ ਨੇ ਉਹਨਾਂ ਦੇ ਦੇਖੋ ਰੇਡੀਓ 'ਤੇ ਪ੍ਰਸਾਰਨ ਕਰਾਉਂਦੇ ਰਹੇ ਘਰਦਿਆਂ ਨੂੰ ਮਿਲਾਉਂਦੇ ਰਹੇ ਫਿਰ ਭੇਜੇ ਹੁਣ ਇਹ ਬੰਦਿਆਂ ਦੇ ਵੀ ਮਨੁੱਖੀ ਹੱਕ ਨੇ ਨਾ ਜੀ ਜਦੋਂ ਦੀ ਸਜ਼ਾ ਭੁਗਤ ਲਈ ਸਜ਼ਾ ਤੋਂ ਗਾਹਾਂ ਵੀ ਸਜ਼ਾ ਭੁਗਤ ਲਈ ਫਿਰ ਇਹ ਠੀਕ ਆ ਸਰਕਾਰ ਚਾਹੇ ਰੋਕ ਸਕਦੀ ਹੈ ਰਿਹਾਈ ਪਰ ਕਾਹਦੇ ਆਧਾਰ 'ਤੇ ਜੀ ਮਤਲਬ ਇੱਕ ਬੰਦਾ ਕੀ ਵਜ੍ਹਾ ਵਜ੍ਹਾ ਕੋਈ ਨਹੀਂ ਇੱਕ ਬੰਦਾ ਚਲੋ ਉਹ ਤਾਂ ਵੈਸੇ ਮਾਨਸਿਕ ਤੌਰ 'ਤੇ ਥੋੜ੍ਹੇ ਜਿਹੇ ਢਿੱਲੇ ਨੇ ਭੁੱਲਰ ਸਾਹਿਬ ਉਦੋਂ ਬਿਨਾਂ ਤੰਦਰੁਸਤ ਬੰਦੇ ਵੀ ਨੇ ਕਿਸੇ ਦੀਆਂ ਕੋਈ ਅਹੀਆਂ ਨਹੀਂ ਸ਼ਿਕਾਇਤਾਂ ਨਹੀਂ ਵੀ ਜੇਲ੍ਹਾਂ 'ਚ ਜਾ ਕੇ ਕਿਸੇ ਨੇ ਹੋਰ ਕੋਈ ਸਾਜ਼ਿਸ਼ਾਂ ਕਰ ਲਈਆਂ ਜਾਂ ਸਭ ਬੰਦੇ ਆਮ ਤੌਰ 'ਤੇ ਆ ਕੇ ਮੁੱਖ ਧਾਰਾ 'ਚ ਸੈੱਟ ਹੋਣਾ ਚਾਹੁੰਦੇ ਆ ਗੱਲ ਇਹੀ ਹੈ ਵੀ ਆਪਾਂ ਜੇ ਬੰਦੀ ਖਾਸ ਕਰ ਸਿੱਖ ਕੈਦੀਆਂ ਦੀ ਰਹਿਦੀ ਕਰ ਲਈਏ ਪੰਥਕ ਜਥੇਬੰਦੀਆਂ ਦਾ ਮੁੱਦਾ ਚੁੱਕ ਰਹੀਆਂ ਓਵਰਆਲ ਜੇ ਰਾਜਨੀਤਿਕ ਪਾਰਟੀਆਂ ਚੁੱਕਦੀਆਂ ਤਾਂ ਸਿਰਫ ਪ੍ਰੋਫੈਸਰ ਭੁੱਲਰ ਦਾ ਹੀ ਚੁੱਕਦੀਆਂ ਉਹ ਨਹੀਂ ਕਿਉਂਕਿ ਇਸ ਕਰਕੇ ਆ ਵੀ ਆਪ ਉਹ 'ਚ ਫਸਦੀ ਆ ਕਸੂਤੀ ਨਿਸ਼ਾਨਾ ਲੱਗਦਾ ਉਹ 'ਤੇ ਜੇ ਆਪ ਦਾ ਮਤਲਬ ਨਿਸ਼ਾਨਾ ਲੱਗਦਾ ਨਾ ਲੱਗਦਾ ਹੁੰਦਾ ਫਿਰ ਕਿੰਨੀ ਵਾਰ ਆਪਣੇ ਭੁੱਖ ਹੜਤਾਲ ਹੋਈ ਆ ਇੱਕ ਆਪਣੇ ਉਹ ਉਹਨਾਂ ਦਾ ਨਾਮ ਮੇਰੇ ਦਿਮਾਗ 'ਚ ਬਾਪੂ ਸੂਰਤ ਸਿੰਘ ਨਹੀਂ ਸੂਰਤ ਸਿੰਘ ਆ ਇੱਕ ਹੋਰ ਜਿਹੜੇ ਜਿਹੜੇ ਟੈਂਕੀ ਤੋਂ ਡਿੱਗ ਪਏ ਉਹ ਅੱਛਾ ਅੰਬਾਲੇ ਜਿਹੜੇ ਡਿੱਗੇ ਸੀ ਅੰਬਾਲੇ ਡਿੱਗੇ ਸੀ ਇਸ ਕਰਕੇ ਮਸਲਾ ਬਖਸ਼ ਸਿੰਘ ਖਾਲਸਾ ਸਿੰਘ ਸੋ ਇਸ ਕਰਕੇ
ਵੀ ਸਾਡਾ ਜਿਹੜਾ ਵੋਟਾਂ ਦੇ ਤੰਦੂਰ ਵੇਲੇ ਇਹ ਮਸਲੇ ਭਖਦੇ ਨੇ, ਉਹਦੀ ਦਿੱਲੀ ਦੇ ਦੰਗੇ ਆ ਜਾਂਦੇ ਨੇ, ਦਿੱਲੀ ਕਤਲੇਆਮ ਆ ਜਾਂਦਾ, ਉਹਦੀ ਸਜ਼ਾਵਾਂ ਦੀ ਗੱਲ ਆ ਜਾਂਦੀ ਆ, ਉਹਦੀ ਸਮੇਧ ਸੈਣੀ ਦੀ ਵੀ ਕਿਤੇ ਪੁੱਠੇ ਸਿੱਧੇ ਪਾਸਿਓ ਗੱਲ ਆ ਜਾਂਦੀ ਆ। ਜਦੋਂ ਤੱਕ ਤੁਸੀਂ ਇਹਨਾਂ ਮਸਲਿਆਂ 'ਤੇ ਇਨਸਾਫ ਦੀ ਸਿਆਸਤ ਨਹੀਂ ਕਰੋਗੇ ਉਦੋਂ ਤੱਕ ਮਸਲੇ ਹੱਲ ਨਹੀਂ ਹੋਣੇ, ਉਦੋਂ ਤੱਕ ਮਤਲਬ ਲੋਕਾਂ ਨੂੰ ਰਾਹਤ ਨਹੀਂ ਮਿਲਣੀ। ਜੇ ਵੋਟਾਂ ਦੀ ਸਿਆਸਤ ਕਰੋਗੇ, ਇਹ ਵੋਟਾਂ ਦੀ ਸਿਆਸਤ ਆ, ਬਰਗਾੜੀ ਕਾਂਡ ਕੀ ਆ ਜੀ, ਵੋਟਾਂ ਦੀ ਸਿਆਸਤ ਕਰਕੇ ਉਲਝਾਇਆ ਐਡਾ। ਜੇ ਇਨਸਾਫ ਦੀ ਸਿਆਸਤ ਕਰਦੇ ਹੁੰਦੇ ਕੋਟਕਪੂਰਾ ਵੀ ਹੱਲ ਸੀ, ਇਹ ਵੀ ਹੱਲ ਸੀ। ਅਤੇ ਤੁਸੀਂ ਇਹ ਦੇਖੋ ਵੀ ਸਮੇਧ ਸਿੰਘ ਸੈਣੀ ਜਿਹਨੂੰ ਮਤਲਬ ਐਡੀ ਵੱਡੀ ਰਾਹਤ ਦਿੱਤੀ ਸੀ, ਪੰਜਾਬ ਸਰਕਾਰ ਨੇ ਐਸ ਐਲ ਪੀ ਨਹੀਂ ਪਾਈ ਉਹਦੇ ਖਿਲਾਫ਼, ਐਡਵੋਕੇਟ ਜਨਰਲ ਬਦਲਿਆ ਉਹਨੇ ਪਾਈ, ਅਤੇ ਕੁੰਡੀ ਤਾਂ ਖੜਕ ਗਈ ਨਾ, ਲਟਕ ਗਈ, ਹੁੰਦਾ ਕੀ ਆ ਉਹ ਵੱਖਰੀ ਗੱਲ ਆ, ਉੱਧੜੇ ਆਇਆ ਸਾਹਮਣੇ। ਸੋ ਪੰਜਾਬ ਸਰਕਾਰ ਨੇ ਤਾਂ ਕੋਈ ਮਤਲਬ ਕਿਸੇ ਤਰ੍ਹਾਂ ਦੇ ਇਨਸਾਫ ਲਈ ਅਤਲ ਨੰਦ ਨੇ ਤਾਂ ਕੋਈ ਗੱਲ ਨਹੀਂ ਕੀਤੀ, ਹਰ ਇੱਕ ਕੇਸ ਹਾਰਦੀ ਰਹੇ ਨੇ ਸਾਰੇ ਕੇਸ। ਅਤੇ ਇੱਕ ਨਵਾਂ ਤਰੀਕਾ ਮੈਨੂੰ ਪਹਿਲਾਂ ਵੀ ਪਤਾ, ਮੈਨੂੰ ਵਕੀਲ ਨੇ ਦੋਸਤੋ ਦੱਸ ਦੇ, ਸਰਕਾਰ ਕਹਿੰਦੀ ਅਸੀਂ ਤਾਂ ਫੈਸਲਾ ਕਰ ਲਿਆ, ਹਾਈ ਕੋਰਟ 'ਚ ਚਲਿਆ ਜਾ, ਉੱਥੇ ਸਲਿੱਪ ਕੱਢ ਜਾਂਗੇ, ਅਸੀਂ ਕਹਾਂਗੇ ਤਾਂ ਕੋਰਟ ਨੇ ਕਰਤਾ ਜੀ, ਹੁਣ ਅਸੀਂ ਕੀ ਕਰੀਏ। ਅਸੀਂ ਅਸੀਂ ਪਾਵਰ ਪਲਾਂਟਾਂ ਨੂੰ ਪੈਸੇ ਦਿੰਦੇ ਨੇ, ਅਸੀਂ ਹੋਰ ਕੰਪਨੀਆਂ ਨੂੰ ਪੈਸੇ ਪਲਾਂਟ ਜਿਹੜੇ ਬਿਜਲੀ, ਹਾਂ ਹੋਰ ਵੀ ਨੇ ਜਿਹੜੇ ਸਮਝੋ, ਉੱਤੇ ਤੋਂ ਲੋਕਾਂ ਦਾ ਦਬਾਅ ਪੈਂਦਾ, ਹਾਂ ਸਰਕਾਰ ਨੇ ਫੈਸਲਾ ਕਰਤਾ, ਅਗਲਾ ਝੱਟ ਅਦਾਲਤ 'ਚ, ਅਦਾਲਤ ਕਹਿੰਦੇ ਕਿਵੇਂ ਕਰ ਲਿਆ ਤੁਸੀਂ, ਦਿਓ ਜੁਰਮਾਨਾ ਦਿਓ ਤੁਸੀਂ ਭਰੋ। ਇੱਕ ਨਵਾਂ ਤਰੀਕਾ ਕੰਪਨੀਆਂ ਨਾਲ ਅਪਣਾ ਲਿਆ, ਇਹ ਵੀ ਚੱਲ ਰਿਹਾ ਸਾਰਾ ਅਸੀਂ ਅਫਸਰਾਂ ਨਾਲ ਜੀ। ਹੁਣ ਇੱਕ ਜੱਜ ਹਾਈਕੋਰਟ ਦੇ ਇਹ ਕਹਿੰਦੇ ਨੇ ਵੀ ਸਮੇਧ ਸੈਣੀ ਨੇ ਪਹਿਲੇ ਕਿਸੇ ਸਾਨੂੰ ਧਮਕੀਆਂ ਦਿੱਤੀਆਂ, ਘੇਰਿਆ, ਆਹ ਕੁਛ ਕੀਤਾ, ਅਤੇ ਇੱਕ ਜੱਜ ਉਹਨੂੰ ਕਹਿ ਰਿਹਾ ਵੀ ਇਹਨੂੰ ਭਵਿੱਖ 'ਚ ਵੀ ਇਹਦੇ ਕੋਈ ਕੇਸ ਬਣੇ ਉਹਨੂੰ ਜ਼ਮਾਨਤ ਆ ਜਿਹੜੀ ਪਹਿਲੀ ਦਿੱਤੀ, ਫੜਿਆ ਨਹੀਂ ਜਾ ਸਕਦਾ, ਗ੍ਰਿਫਤਾਰ ਹੀ ਨਹੀਂ ਇਹਨੂੰ ਕੀਤਾ ਜਾ ਸਕਦਾ, ਹੋ ਕੀ ਰਿਹਾ ਸੀਸ ਆ ਜਿਹੜਾ ਝੂਟਾ ਉੱਪਰ ਥੱਲੇ ਕਹਿ ਲਓ ਜਾਂਦਾ ਪਿਆ। ਮੇਰੇ ਕਹਿਣ ਦਾ ਮਤਲਬ ਇਹ ਸਿਸਟਮ ਵਿਗੜਿਆ ਬਹੁਤ ਹੋਇਆ, ਇਹਨੂੰ ਨਾ ਕੋਈ ਇਹੀ ਜਿਹੀ ਸਰਕਾਰ ਜਾਂ ਕੋਈ ਇਹੀ ਜਿਹੀ ਆ ਜਾਏ ਜਿਹੜੀ ਇਹ ਕਹਿੰਦੇ 5 ਸਾਲ ਰਾਜ ਕਰਨਾ, ਅਗਲੇ 5 ਸਾਲ ਜਾਣ ਖੂਹ 'ਚ। ਸਿੱਧੂ ਦੀ ਹੈ ਜੀ ਕਾਬਲੀਅਤ ਇਸ ਸਾਰੇ ਵਿਗੜੇ ਹੋਏ ਢਾਂਚੇ ਨੂੰ ਸੁਧਾਰਨ ਦੀ। ਦੇਖੋ ਜੀ ਜੋ ਹਾਲਤ ਦੇ ਵਿੱਚ ਆਪਾਂ ਦੇਖਦੇ ਹਾਂ, ਸਿੱਧੂ ਤੋਂ ਵਧੀਆ ਧੜੱਲੇਦਾਰ ਲੜਨ ਵਾਲਾ ਤਿਆਗ ਵਾਲਾ ਜਾਂ ਕੋਈ ਦਿਖਾ ਦਿਓ ਮੈਨੂੰ। ਆਪਾਂ ਭਗਵੰਤ ਮਾਨ ਕਿੰਨਾ ਕੁ ਲੱਗਦਾ ਉਹਦੇ ਬਰਾਬਰ ਦਾ? ਨਹੀਂ, ਭਗਵੰਤ ਮਾਨ ਦੇ ਆਪਦੇ ਗੁਣ ਨੇ, ਪਰ ਉਹਦੀ ਜਿਹੜੀ ਸਿਆਸੀ ਲੜਾਈ ਦੀ ਸਿਆਸਤਦਾਨ ਦੇ ਤੌਰ 'ਤੇ ਤੁਸੀਂ ਕੀ ਦੇਖਦੇ ਹੋ? ਲੋਕ ਸਭਾ ਦੇ ਵਿੱਚ ਵੀ ਉਹਨੇ ਮੋਦੀ ਨੂੰ ਨੰਗਾ ਕੀਤਾ, ਮਤਲਬ ਉਹਨੇ ਉਹਦੀ ਖੱਲ ਉਧੇੜਤੀ, ਐਕਸਪੋਜ਼ਰ ਕੀਤਾ ਉਹਦਾ ਬਹੁਤ ਵੱਡਾ, ਪਰ ਲੋਕ ਸਭਾ ਦੇ ਸਿਆਸੀ ਲੜਾਈ ਨਹੀਂ ਉਹਨੇ ਲੜੀ। ਜੇ ਤੁਸੀਂ ਕਾਨੂੰਨਾਂ 'ਤੇ ਦੇਖੋ ਜਾਂ ਗਾਂਧੀ ਬੋਲਿਆ ਜਾਂ ਇਹ ਉੱਥੇ ਹੈਗਾ, ਕਾਨੂੰਨਾਂ 'ਤੇ ਬੋਲਦਾ ਨਹੀਂ ਰਿਹਾ, ਪੋਲੀਟੀਕਲ ਲੜਾਈ ਹੋਰ ਗੱਲ ਹੁੰਦੀ ਆ, ਉਹਦਾ ਐਕਸਪੋਜ਼ਰ ਕਰਨਾ ਇਹਦਾ ਕਪੈਸਿਟੀ ਆ, ਉਹ ਹੁਣ ਭੀੜ ਇਕੱਤਰ ਕਰਨ ਵਾਲਾ ਤਾਂ ਹੈ ਹੀ ਨਾ, ਇਸ ਕਰਕੇ ਇਹ ਆਪਦੀ ਸ਼ਖਸੀਅਤ, ਇਹ 'ਚ ਆਪਦੇ ਗੁਣ ਨੇ, ਇਹ 'ਚ ਕੋਈ ਉਹ ਘੱਟ ਹੋਣਗੇ, ਨਵਜੋਤ ਸਿੰਘ ਸਿੱਧੂ ਦੇ ਉਹਦੇ ਆਪਦੇ ਗੁਣ ਨੇ ਅਤੇ ਉਹਦੇ ਔਗਣ ਵੀ ਹੋਣਗੇ ਜਿਹੜੇ ਕੁਦਰਤੀ ਤੌਰ 'ਤੇ। ਵੱਡੀ ਗੱਲ ਤਾਂ ਇਹੀ ਹੈ ਨਾ ਜੀ ਵੀ ਉਹ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਵੀ ਉਹਨੇ ਪੰਜਾਬ 'ਚ ਕਾਂਗਰਸ ਇਕੱਠੀ ਕਰਨ ਦੀ ਲੜਾਈ ਜਾਂ ਉਹ ਉੱਧਰਲੇ ਪਾਸੇ ਨਹੀਂ ਤੋਰੀ, ਹਾਈ ਕਮਾਂਡ 'ਤੇ ਰਿਹਾ। ਅੱਛਾ 35,000 ਵੀ ਇੱਕ ਕਹਾਵਤ ਹੈ ਨਾ ਵੀ ਜਿਹੜਾ ਸਾਧ ਦੇ ਬਚਨ ਹੱਥੇ ਰਹਿੰਦਾ ਕਈ ਵਾਰ ਗੱਲ ਨਹੀਂ ਬਣਦੀ ਹੁੰਦੀ, ਇਸ ਕਰਕੇ ਆਪ ਵੀ ਲੜਨਾ ਕਰਨਾ ਪੈਂਦਾ। 35,000 ਕਰੋੜ ਦਾ ਸੱਟਾ ਲੱਗਿਆ ਐਤਕੀ ਜਦੋਂ ਚੋਣਾਂ ਹੋਈਆਂ ਸੀਗੀਆਂ, ਅਤੇ 25,000 ਦਾ ਸੱਟਾ ਨਹੀਂ ਲੱਗਿਆ 54 ਦਾ, ਨਾ ਭਾਜਪਾ ਅਤੇ ਨਾ ਕਿਸਾਨਾਂ 'ਤੇ। ਕਿਸਾਨ ਕਿੱਡਾ ਕੁ ਵੱਡਾ ਇਫੈਕਟ ਪਾ ਪਾਏ? ਲੱਗਦਾ ਨਹੀਂ, ਰਹਿੰਦੀ ਖੁੰਦੀ ਗਵਾ ਲਈ ਇਹਨਾਂ ਨੇ। ਹਾਂ, ਮੈਂ ਇੱਕ ਇੰਟਰਵਿਊ ਸੀ, ਮੈਂ ਕਿਹਾ ਵੀ ਸਿੱਟਾ ਇਹੀ ਨਿਕਲੂ, ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ, ਨਾ ਮੈਂ ਮਾਪਿਆਂ ਦੀ ਹੋਈ, ਨਾ ਮੈਂ ਸਹੁਰੇ ਨੇ ਰੱਖੀ। ਸੋ ਇਹ ਮਤਲਬ ਅਣਜਾਣਪਣੇ 'ਚ ਕਹਿ ਲਓ, ਕਾਹਲੀ 'ਚ ਕਹਿ ਲਓ, ਗਲਤ ਜਾਇਜ਼ਾ ਕਰਕੇ ਕਹਿ ਲਓ, ਮਤਲਬ ਇਸ ਤਰ੍ਹਾਂ ਇਹਨਾਂ ਨੂੰ ਕੁੱਦਣਾ ਨਹੀਂ ਚਾਹੀਦਾ ਸੀ, ਪ੍ਰੈਸ਼ਰ ਗਰੁੱਪ ਬਣਾ ਕੇ ਕਾਇਮ ਰੱਖਣਾ ਚਾਹੀਦਾ ਸੀ। ਹੁਣ ਵੀ ਫਿਰ ਇਕੱਠੇ ਹੋਏ ਰਹੇ ਨੇ ਨਾ ਸਾਰੇ ਉਸੇ ਰਾਹ 'ਤੇ। ਸੋ ਜੇ ਪ੍ਰੈਸ਼ਰ ਗਰੁੱਪ ਹੁੰਦਾ, ਇਹ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਬਦਲ ਸਕਦਾ ਸੀ। ਤੁਸੀਂ ਕਹੋਗੇ ਕਿਵੇਂ, ਇਹ ਏਜੰਡਿਆਂ 'ਤੇ ਲਿਆ ਸਕਦਾ ਸੀ ਰਾਜਨੀਤੀ ਨੂੰ, ਦੱਸੋ ਮਸਲੇ ਹੱਲ ਕਰੋ। ਹਾਂ, ਮੈਂ ਕਹਿੰਦਾ ਜੀ ਇਹ ਲਾਉਂਦੇ ਦਰਬਾਰ, ਉੱਥੇ ਵੀਡੀਓ ਲਾਈਵ ਹੁੰਦੀਆਂ, ਅੱਜ ਆਮ ਆਦਮੀ ਪਾਰਟੀ ਨੂੰ ਬੁਲਾਇਆ, ਦੱਸੋ ਤੁਹਾਡਾ ਬਾਰਡਰ ਖੋਲ੍ਹਣ ਬਾਰੇ ਕੀ ਨੀਤੀ ਆ, ਦੱਸੋ ਪਾਣੀਆਂ ਬਾਰੇ ਕੀ ਨੀਤੀ ਆ, ਖੇਤੀਬਾੜੀ ਬਦਲਣ ਬਾਰੇ ਕੀ ਨੀਤੀ ਆ, ਸਿੱਖਿਆ ਬਾਰੇ ਕੀ ਨੀਤੀ ਆ, ਕਿੱਥੋਂ ਆਉਣਗੇ ਪੈਸੇ, ਫਿਰ ਦੂਜੇ ਦਿਨ ਅਕਾਲੀ, ਤੀਜੇ ਦਿਨ ਕਾਂਗਰਸੀ, ਇਹਨਾਂ ਇਹ ਤਾਂ ਏਜੰਡੇ 'ਤੇ ਸੈੱਟ ਕਰਦੇ। ਜਿਹਦੀ ਵੀ ਸਰਕਾਰ ਬਣਦੀ ਉਹੀ ਵੀਡੀਓ ਫਿਰ ਉਹਨਾਂ ਦੇ ਸਾਹਮਣੇ ਆਉਂਦੀ ਵੀ ਆਹ ਵਾਅਦੇ ਕੀਤੇ ਸੀ, ਕਿੱਧਰ ਭੱਜਦੇ ਹਾਂ। ਉਹੀ ਪ੍ਰੈਸ਼ਰ ਗਰੁੱਪ ਹੋਰ ਡਬਲ ਬਣਨਾ ਸੀ, ਮੇਰੀ ਇਹ ਰਾਏ ਸੀ। ਚਲੋ ਉਹ ਹੁਣ ਲੀਡਰ ਨੇ, ਸਿਆਣੇ ਨੇ, ਉਹਨਾਂ ਨੇ ਆਪਦਾ ਸੋਚ ਕੇ ਕੀਤਾ, ਨਫਾ ਨੁਕਸਾਨ ਦੇਖਣਗੇ ਜੀ। ਸੋ ਬਿਲਕੁਲ ਕੀ ਕਹਿ ਸਕਦੇ ਆਪਾਂ ਓਵਰਆਲ ਹੀ ਗੱਲ ਕਰੀਏ, ਹੁਣ ਜਿੱਦਾਂ ਗੱਲ ਉੱਠ ਰਹੀ ਹੈ ਕਿ ਜੇਕਰ ਭਾਜਪਾ ਦਾ ਅਲਾਇੰਸ ਹੋ ਜਾਂਦਾ, ਸੀਟਾਂ ਘੱਟ ਜਾਂਦੀਆਂ, ਸੁਖਬੀਰ ਬਾਦਲ CM ਬਣ ਜਾਂਦੇ ਨੇ, ਤਾਂ ਜਿਹੜੇ ਇਹ ਵਿਸ਼ੇ ਬਣੇ ਹੋਏ ਸੀਗੇ ਖਾਸ ਕਰ ਬੇਅਦਬੀਆਂ ਵਾਲੇ, ਕੀ ਬਣੇਗਾ ਇਹਨਾਂ ਦਾ? ਨਹੀਂ, ਹਾਲੇ ਤਾਂ ਜੀ ਕੋਈ ਬਣਨ ਦੀ ਸੰਭਾਵਨਾ ਨਹੀਂ। ਸੁਖਬੀਰ ਬਾਦਲ ਆ ਜਿਹੜਾ ਸਾਰੇ ਕਹੇ ਦੇ ਬਾਵਜੂਦ ਉਹ ਫੈਡਰਲਿਜ਼ਮ 'ਤੇ ਨਹੀਂ ਆ ਰਹੇ। ਈਵਨ ਰਾਹੁਲ ਗਾਂਧੀ ਨੇ ਜਿਹੜੀ ਸਪੀਚ ਦਿੱਤੀ ਆ ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ, ਉਹਨੇ ਮੁੜਾ ਕੱਟਿਆ, ਉਹਨੇ ਕਿਹਾ ਇੰਡੀਆ ਇਜ਼ ਨਾਟ ਏ ਨੇਸ਼ਨ, ਭਾਰਤ ਕੋਈ ਕੌਮ ਨਹੀਂ, ਰਾਜਾਂ ਦਾ ਸੰਘ ਆ, ਰਾਜਾਂ ਨਾਲ ਸਾਡਾ ਸਮਝੌਤਾ, ਇਸ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਲੈ ਦੇ ਕੀਤੀ ਜਾ ਸਕਦੀ, ਉਹਨਾਂ 'ਤੇ ਥੋਪਿਆ ਨਹੀਂ ਜਾ ਸਕਦਾ। ਇੱਕ ਨੇ ਵਿੱਚ ਹੀ ਸਵਾਲ ਕੀਤਾ, ਕਸ਼ਮੀਰ ਵੀ ਕਹਿੰਦਾ ਯੈਸ ਇਨਕਲੂਡਿੰਗ ਕਸ਼ਮੀਰ,
ਉਹ ਕਹਿੰਦਾ ਇਸ ਅੱਡ ਅੱਡ ਸੱਭਿਆਚਾਰ ਨੇ ਇਤਿਹਾਸ ਨੇ ਇਹਨਾਂ ਨੂੰ ਖਤਮ ਨਹੀਂ ਕੀਤਾ, ਦਬਾਇਆ ਨਹੀਂ ਜਾ ਸਕਦਾ। ਇਹ ਗੁਲਦਸਤਾ ਫੁੱਲਾਂ ਦਾ, ਇਹਦੀ ਤਾਕਤ ਗੁਲਦਸਤਾ ਰਹਿਣ 'ਚ, ਇਹਦੀ ਜੇ ਤੁਸੀਂ ਉਹਨੇ ਸ਼ਬਦ ਨਹੀਂ ਵਰਤੇ, ਮੈਂ ਵਰਤਦਾ, ਜੇ ਇਹਦੀ ਤੁਸੀਂ ਭਗਵੀਂ ਚਟਨੀ ਬਣਾਓਗੇ ਤਾਂ ਇਹਦੀ ਤਾਕਤ ਆ ਜਿਹੜੀ ਖਿੰਡਣੀ ਆ। ਸੋ ਇਸ ਕਰਕੇ ਮੁੜ ਸੋਚਣ ਦਾ ਦੌਰ ਚੱਲ ਰਿਹਾ। ਪਰ ਪੰਜਾਬ ਆ ਜਿਹੜਾ ਜੀ, ਦੇਖੋ ਨਾਬਰੀ ਇਹਨੇ ਕਮਾਲ ਕਰਤੀ। ਪਹਿਲਾਂ ਲੜਾਈਆਂ ਵੱਡੀਆਂ ਲੜੀਆਂ, ਹੁਣ ਕਿਸਾਨ ਅੰਦੋਲਨ ਦਾ ਧੁਰਾ ਪੰਜਾਬ ਸੀ, ਬਾਕੀ ਸੂਬੇ ਵੀ ਸੀ, ਪਰ ਬਾਕੀ ਸੂਬਿਆਂ 'ਚ ਜਿਹੜੀ ਸਿੱਖ ਵਸੋਂ ਸੀ ਉਹ ਫਿਰ ਮੂਹਰੇ ਸੀ, ਚਾਹੇ ਉੱਤਰਾਖੰਡ ਲੈ ਲਓ, ਯੂਪੀ ਲੈ ਲਓ। ਸੋ ਇਸ ਕਰਕੇ ਨਾਬਰੀ ਵੀ ਸਾਡੇ ਕੋਲ ਬਹੁਤ ਵੱਡੀ ਆ, ਲੜਾਈ ਵੀ ਬਹੁਤ ਵੱਡੀ ਆ, ਪਰ ਅਸੀਂ ਬਦਲ ਦੇਣ 'ਚ ਹਮੇਸ਼ਾ ਫੇਲ ਆਏ। ਭਾਜਪਾ ਨੇ ਜਿਹੜੇ ਕੰਮ ਜਿਨ੍ਹਾਂ ਨੂੰ ਭੁਣਾਉਂਦੇ ਆ, ਹਮੇਸ਼ਾ ਆਪਣਾ 377 ਦਾ ਮਸਲਾ ਹੱਲ ਕਰਦੇ ਆ ਜੀ, 3 ਤਲਾਕ ਦਾ ਮਸਲਾ ਹੱਲ ਕਰਦੇ ਆ ਜੀ, ਇਹਦੇ ਨਾਲ, ਕਿਉਂਕਿ ਹੁਣ ਕਿਹਾ ਜਾ ਰਿਹਾ ਭਾਜਪਾ ਦਾ ਭਵਿੱਖ 2024 ਹੈਗਾ, 22 ਤਾਂ ਉਹਨਾਂ ਦਾ ਹੈ ਹੀ ਨਹੀਂ ਸੀਗਾ, ਉਹਨਾਂ ਦੇ ਭਵਿੱਖ ਜਿਹੜਾ ਸੀਗਾ ਇਹ ਹੈ ਨੇ, ਬਾਕੀ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਫੈਸਲੇ ਬਹੁਤ ਵੱਡੇ। ਨਹੀਂ ਨਹੀਂ, ਦੇਖੋ ਦੋ ਅਪੋਜਿਟ ਡਾਇਰੈਕਸ਼ਨ ਨੇ, ਇੱਕ ਤਾਂ ਹੈ ਇੱਕ ਦੇਸ਼ ਇੱਕ ਬੋਲੀ ਇੱਕ ਭਾਸ਼ਾ ਇੱਕ ਕਾਨੂੰਨ ਇੱਕ ਮੰਡੀ, ਇਹ ਆ ਤਾਕਤਾਂ ਦਾ ਕੇਂਦਰੀਕਰਨ ਦੀ ਨੀਤੀ ਜਿਹੜੀ ਭਾਰਤੀ ਸਟੇਟ ਨੇ ਅਪਣਾਈ ਹੋਈ ਆ, ਅਤੇ ਕੇਂਦਰ ਉੱਧਰਲੇ ਪਾਸੇ ਚੱਲ ਰਿਹਾ। ਹੁਣ ਤੱਕ ਕਾਂਗਰਸ ਵੀ ਉੱਧਰ ਚੱਲਦੀ ਰਹੀ ਆ, ਫੈਡਰਲਿਜ਼ਮ ਭਾਰਤ ਦੀ ਇੱਕ ਵਿਸ਼ੇਸ਼ ਹਾਲਤ ਆ, ਜਿਉਂ ਜਿਉਂ ਤੁਸੀਂ ਫੈਡਰਲਿਜ਼ਮ ਖਤਮ ਕਰੋਗੇ ਤਿਉਂ ਤਿਉਂ ਜਮਹੂਰੀਅਤ ਵੀ ਖਤਮ ਹੋਊਗੀ। ਇੰਦਰਾ ਗਾਂਧੀ ਨੇ ਲਗਾਤਾਰ ਫੈਡਰਲ ਹੱਕਾਂ 'ਤੇ ਹਮਲਾ ਕੀਤਾ, ਨਿਕਲੀ ਕੀ ਐਮਰਜੈਂਸੀ, ਉਹਦੇ ਵਿੱਚੋਂ ਤਾਨਾਸ਼ਾਹੀ, ਉੱਥੇ ਵੀ ਇਹ ਹੋ ਗਿਆ ਸੀ ਨਾਰਾ, ਇੰਡੀਆ 'ਚ ਇੰਦਰਾ, ਇੰਦਰਾ 'ਚ ਇੰਡੀਆ, ਜਿਵੇਂ ਆਪ 'ਚ ਕੇਜਰੀਵਾਲ, ਕੇਜਰੀਵਾਲ 'ਚ ਆਪ, ਹੈਂ ਮੋਦੀ 'ਚ ਭਾਜਪਾ, ਭਾਜਪਾ 'ਚ ਮੋਦੀ, ਇਹ ਤਾਕਤਾਂ ਦਾ ਕੇਂਦਰੀਕਰਨ ਆ। ਇਸ ਕਰਕੇ ਉਹਨਾਂ ਦੇ ਐਂਗਲ ਤੋਂ ਜੇ ਸੋਚਿਓ ਤੁਸੀਂ, ਉਹ ਤਾਂ ਆਪਦੀ ਉਸੇ ਨੀਤੀ 'ਤੇ ਚੱਲ ਰਿਹਾ, ਪਰ ਇਹ ਕਿਉਂਕਿ ਜਿਹੜੀ ਹਕੀਕਤ ਆ ਸਮਾਜੀ ਆਰਥਿਕ ਹਕੀਕਤ ਉਹ ਇਹਦੇ ਉਲਟਾ, ਇਸੇ ਕਰਕੇ ਕਿਸਾਨ ਅੰਦੋਲਨ 'ਤੇ ਚਿੜ੍ਹ ਐਡੀ ਵੱਡੀ ਕਿਉਂ ਆ, ਕਿਉਂਕਿ ਉਹਨਾਂ ਹਿੰਦੂ ਮੁਸਲਿਮ ਕਾਰਡ ਰੋਕਤਾ ਇਹ ਅੰਦੋਲਨ ਨੇ। ਜਿਹੜਾ ਪੰਜਾਬ ਅਤੇ ਹਰਿਆਣੇ ਦਾ ਟਕਰਾਅ ਸੀ ਉਹਦੀ ਥਾਂ ਭਾਈਚਾਰਾ ਆ ਗਿਆ, ਇਸੇ ਕਰਕੇ ਪੰਜਾਬ ਅਤੇ ਹਰਿਆਣੇ ਨੂੰ ਭਾਖੜਾ 'ਚ ਸਜ਼ਾ ਦਿੱਤੀ ਹੈ ਨਾ, ਦੋਹਾਂ ਦੀ ਸ਼ਕਤੀ ਖੋਲੀ, ਮਤਲਬ ਇਸ ਕਰਕੇ ਹੁਣ ਅੱਜ ਜੇ ਤਾਂ ਤੁਸੀਂ ਪੁਰਾਣੀ ਪੋਜੀਸ਼ਨ 'ਤੇ ਖੜ੍ਹਨਾ ਵੀ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਨੂੰ ਘੋਸ਼ਿਤ ਕਰੋ, ਫਿਰ ਤਾਂ ਹਰਿਆਣੇ ਨਾਲ ਸਾਂਝ ਬਣਨੀ ਨਹੀਂ। ਜੇ ਹਾਲੇ ਇੱਕੋ ਸਟੇਜ ਰੱਖ ਕੇ ਕੇਂਦਰ ਤੋਂ ਖੋਹਣ ਖਾਤਰ ਇਹ ਹੋ ਜਾਵੇ ਵੀ ਪੰਜਾਬ ਅਤੇ ਹਰਿਆਣੇ ਦਾ ਕੰਟਰੋਲ ਹੋਣਾ ਚਾਹੀਦਾ, ਇਹ 'ਤੇ ਅਗਲੀਆਂ ਗੱਲਾਂ ਫਿਰ ਤੈਅ ਕਰ ਲਾਂਗੇ। ਫਿਰ ਇਕੱਲਾ ਇਹ ਨਹੀਂ, ਉੱਤਰਾਖੰਡ 'ਚ ਜਿਹੜਾ ਟਿਹਰੀ ਡੈਮ ਆ ਉਹ ਤੋਂ ਵੀ ਕੰਟਰੋਲ ਕਰ ਲਿਆ ਤੁਸੀਂ, ਜਿੰਨੇ ਡੈਮ ਨੇ, ਜਿਹੜਾ ਨਵਾਂ ਡੈਮਾਂ ਬਾਰੇ ਕਾਨੂੰਨ ਆਇਆ, ਰਾਜਾਂ ਦੇ ਸਾਰੇ ਡੈਮਾਂ 'ਤੇ ਕੇਂਦਰ ਦਾ ਕੰਟਰੋਲ ਹੋ ਗਿਆ। ਇਸ ਕਰਕੇ ਇਕੱਲੇ ਭਾਖੜਾ ਦੀ ਲੜਾਈ ਨਹੀਂ, ਇਹ ਲੜਾਈ ਵੱਡੀ ਬਣ ਸਕਦੀ ਆ ਜੇ ਕਿਸਾਨ ਲੀਡਰਸ਼ਿਪ ਇਹਨੂੰ ਆਪਣੇ ਵੱਡੇ ਵਿਆਪਕ ਮੁੱਦੇ 'ਚ ਸ਼ਾਮਲ ਕਰੇ। ਨਵਜੋਤ ਸਿੱਧੂ ਜੇ ਨਹੀਂ ਜਿੱਤਦੇ ਨਾ, ਸਿਆਸੀ ਭਵਿੱਖ ਕੀ ਨਜ਼ਰ ਆਉਂਦਾ? ਲੜੂਗਾ ਜੀ, ਸਿਆਸੀ ਭਵਿੱਖ ਇੱਕ ਜਿੱਤ ਅਤੇ ਹਾਰ ਨਾਲ ਨਹੀਂ ਹੁੰਦਾ। ਕਿੰਨੇ ਬੰਦੇ, ਇੰਦਰਾ ਗਾਂਧੀ ਨੇ ਜੀ, ਪਾਰਟੀ ਨੂੰ ਬਹਾਨਾ ਨਹੀਂ ਮਿਲ ਜਾਏਗਾ ਸ਼ਾਇਦ ਸੀਟ ਤੋਂ ਉਤਾਰਨ ਦਾ? ਨਹੀਂ, ਪਾਰਟੀ ਪੂਰਟੀ ਦੀ ਕੀ ਗੱਲ ਆ, ਪਾਰਟੀ ਦੇ ਪੱਲੇ ਕੀ ਆ ਜੀ? ਕਾਂਗਰਸ ਦੇ ਪੱਲੇ, ਮਤਲਬ ਕੀ ਪੰਜਾਬ ਕਾਂਗਰਸ ਦੇ ਪੱਲੇ ਆ, ਦੱਸਣ ਨਾ ਜੀ, ਹੁਣ ਤੱਕ ਦੀ ਕਾਰਗੁਜ਼ਾਰੀ ਦੱਸਣ। ਤੁਸੀਂ ਜਦੋਂ ਇੱਕ ਗੱਲ ਦਾ ਜਵਾਬ, ਪੰਜਾਬ ਦਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਬੋਲ ਰਿਹਾ ਸਿੱਧੂ ਵੀ ਇਹ ਖਾਲੀ ਕਿਉਂ ਹੋ ਰਿਹਾ, ਭਰਿਆ ਕਿਵੇਂ ਜੋ, ਖਜ਼ਾਨਾ ਮੰਤਰੀ ਤਾਂ ਹੈ ਹੀ ਨਹੀਂ, ਉਹ ਤਾਂ ਕਾਰਪੋਰੇਟ ਦਾ ਇੱਕ ਵੱਡਾ ਨੁਮਾਇੰਦਾ ਮਨਪ੍ਰੀਤ ਬਾਦਲ। ਇਸ ਨਵਾਂ ਜਿਹੜਾ ਚੱਲਿਆ ਮੰਤਰੀ ਮੰਡਲ ਬਣਾਉਣ ਦਾ, ਨਵੇਂ ਅਫਸਰ ਲਾਉਣ ਦਾ, ਉਹ 'ਚ ਕੀ ਰੋਲ ਮਨਪ੍ਰੀਤ ਬਾਦਲ ਦਾ ਸੀ, ਉੱਥੇ ਬੈਠਾ ਰਿਹਾ। ਇਸ ਕਰਕੇ ਪਾਰਟੀ ਆ ਜਿਹੜੀ, ਉਹਨੂੰ ਚੇਂਜ ਦੀ ਲੋੜ ਆ। ਜੇ ਪਾਰਟੀ ਕਹੋ ਆਪਾਂ ਪੁਰਾਣੇ ਹਿਸਾਬ ਨਾਲ ਚੱਲੀ ਚੱਲਾਂਗੇ, ਬਈ ਹੋ ਸਕਦਾ ਫਿਰ, ਜਿਵੇਂ ਉਦਾਹਰਣਾਂ ਦਿੰਦੇ ਨਾ, ਜਿੱਥੇ ਦੋ ਵਾਰ ਹਾਰ ਜੇ ਫਿਰ ਤੀਜੀ ਵਾਰ ਨਹੀਂ ਆਉਂਦੀ, ਉਹ ਇੰਨੀਆਂ ਜਿਹੀਆਂ ਗੱਲਾਂ ਹੋ ਸਕਦੀਆਂ। ਤਬਦੀਲੀ ਦੀ ਲੋੜ ਆ ਸਮਾਜ ਅਤੇ ਲੋਕ ਕਹਿੰਦੇ ਨੇ ਬਦਲੋ, ਜਿਹੜੇ ਆਪਦੇ ਆਪ ਨੂੰ ਨਹੀਂ ਬਦਲਣਗੇ ਲੋਕ ਇਹਨਾਂ ਨੂੰ ਬਦਲ ਦੇਣਗੇ, ਚਾਹੇ ਕਿਸੇ ਪਾਰਟੀ 'ਚ, ਮੇਰਾ ਤਾਂ ਇਹ ਜਾਇਦਾ ਜੀ। ਸੋ ਮਾਲਵਿੰਦਰ ਮਾਲੀ ਉਹਨਾਂ ਦਾ, ਜੇਕਰ ਆਪਾਂ ਤਰਕਾਂ ਨੂੰ ਸਹੀ ਸਮਝੀਏ, ਸਹੀ ਜਾਣੀਏ, ਤਾਂ ਬਿਲਕੁਲ ਦਾਅਵੇ ਕਰ ਰਹੇ ਨੇ ਕਿ ਅੰਮ੍ਰਿਤਸਰ ਦੀ ਜਿਹੜੀ ਈਸਟ ਦੀ ਸੀਟ ਹੈਗੀ ਹੈ, ਨਵਜੋਤ ਸਿੱਧੂ ਦੀ ਹਾਰ ਜਿੱਤ ਨਾਲ ਕੁਛ ਨਹੀਂ ਹੁੰਦਾ। ਪੰਜਾਬ ਕੀ ਚਾਹ ਰਿਹਾ? ਪੰਜਾਬ ਬਦਲ ਚਾਹ ਰਿਹਾ, ਨੇਤਾਵਾਂ ਦਾ, ਰਾਜਨੀਤਿਕ ਦਲਾਂ ਦਾ ਵੀ, ਅਤੇ ਜੇ ਜਿਹੜਾ ਬਦਲ ਸੂਬੇ ਦੀ ਤਰੱਕੀ ਲਈ ਜਿਹੜਾ ਸਹਾਇਕ ਹੋਏਗਾ, ਸਹਾਈ ਹੋਏਗਾ, ਆਉਣ ਵਾਲਾ ਸਮਾਂ ਉਸੇ ਦਾ ਹੀ ਹੋਏਗਾ। ਵਿਜੇ ਹਰਦੀਪ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਮੋਹਾਲੀ।